ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ 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 ਸ੍ਰੀ ਨਾਨਕ ਪਗ ਪੰਕਜ ਬੰਦਨ पग् पङ्कज बन्दन सिमरो अङ्गद दोख निकंदन अमृदास गुर हिरद त्यामो हिरद त्यामो ਸ਼੍ਰੀ ਗੁਰੂ ਰਾਮਦਾਸ ਗੁਣ ਗਾਵੂ ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕੇਰਪਾਲਾ ਕੇਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਤਰੋਂ ਧਰ ਪਰ ਪੁੰਨ ਪੁੰਨ ਸੀਸਾ ਪੁਨ ਪੁਨ ਸੀਸਾ ਬੰਦੋ ਬਰਬਾੜ ਡਗਦੀ ਸਾਰ ਇਕੰਕਾਰ ਸਤਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤ ਹੈ ਬਿਗਨ ਬਿਨਾਸਨ ਸੋ ਜਿਸੁ ਮਹਾ ਅਮਰਤ ਗਿਆਨ ਹੈ ਮਾਣਕ ਭਗਤ ਬੈਰਾਗੁ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅਨੁਰਾਗ ਏਕੰਕਾਰ ਸਤਿਗੁਰ ਤਿਹ ਪ੍ਰਸਾਦਿ ਸਚ ਹੋਇ ਵਾਹਿਗੁਰੂ ਜੀ ਕੀ ਫਤ ਹੈ ਬਿਗਨ ਬਿਨਾਸ਼ਨ ਸੋਇ ਕਿਤਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਿਤਕ ਦਿਉਸ ਬੀਤੇ ਤਿਸ ਦੇਸ ਨਿਤ ਨਉ ਤਨ ਗੁਰ ਚਰਿਤ ਵਸ਼ੇਸ਼ ਵਾਹਿਗੁਰੂ ਕਿਤਕ ਦਿਉਸ ਬੀਤੇ ਤਿਸ ਦੇਸ ਸਤਿ ਪਾਤਸ਼ਾਹ ਗਰੀਬ ਨਵਾਜ਼ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਤ੍ਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਰੂਪ ਦਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ ਪਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਅਦਬ ਸਤਕਾਰ ਸਹਿਤ ਸਿਰ ਝੁਕਾ ਕੇ ਗੱਦ ਕੇ ਕਹੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਾਧ ਸੰਗਤ ਦੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ ਗੁਰੂ ਜੀ ਦੀ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਹੀ ਸੁਖ ਸਿਵ ਸਭ ਲਾਗੇ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਲੜੀਵਾਰ ਕਥਾ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਹੈ ਆਓ ਪਹਿਲਾਂ ਸਾਡੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਦਲਾਂ ਨੂੰ ਭੰਜਣ ਵਾਲੇ ਵੱਡੇ ਜੋਦੇ ਸੂਰਮੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਸ਼ਮੀਰ ਦੀ ਧਰਤੀ ਤੇ ਪਹੁੰਚੇ ਹੋਏ ਹਨ ਮਾਤਾ ਭਾਗਪਰੀ ਜੀ ਚੋਲਾ ਬਣਾ ਕੇ ਸੱਚੇ ਪਾਤਸ਼ਾਹ ਜੀ ਨੂੰ ਉਡੀਕ ਰਹੇ ਸਨ ਗੁਰੂ ਜੀ ਮਹਾਰਾਜ ਉਥੇ ਪਹੁੰਚੇ ਆ ਜੀਵੇਂ ਦਰਜੀ ਨੂੰ ਸੱਦ ਕੇ ਚੋਲਾ ਸੀਤਾ ਗਿਆ ਮਾਦਰ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਭਾਗ ਭਰੀ ਜੀ ਦੋ ਦੋ ਚੋਲਾ ਦੇਣ ਲੱਗੇ ਤੇ ਗੁਰੂ ਸਾਹਿਬ ਮਹਾਰਾਜ ਮਾਤਾ ਜੀ ਨੂੰ ਕਹਿਣ ਲੱਗੇ ਮਾਤਾ ਜੀ ਤੁਸੀਂ ਸੇ ਸਾਨੂੰ ਚੋਲਾ ਆਪ ਪਵਾਓ ਮਾਤਾ ਜੀ ਨੇ ਆਪਣੇ ਹੱਥੀ ਗੁਰੂ ਜੀ ਨੂੰ ਚੋਲਾ ਪਵਾਇਆ ਗੁਰੂ ਜੀ ਬਹੁਤ ਵੱਡੇ ਹਨ ਸਾਧ ਸੰਗਤ ਜੀ ਬਹੁਤ ਵੱਡੇ ਹਨ ਕਿੰਨੇ ਕੁ ਵੱਡੇ ਹਨ ਲੱਖਾਂ ਗਿਆਨੀ ਧਿਆਨੀ ਲੋਕ ਆ ਕੇ ਤੁਹਾਨੂੰ ਕਈ ਜਾਣ ਵੀ ਗੁਰੂ ਜੀ ਵੱਡੇ ਨੇ ਵੱਡੇ ਨੇ ਵੱਡੇ ਨੇ ਪਰ ਅੰਤ ਨਹੀਂ ਪਾਇਆ ਜਾ ਸਕਦਾ ਜੀ ਮਾਤਾ ਭਾਗ ਪ੍ਰੀਤ ਦੇ ਬਹੁਤੇ ਹੀ ਵੱਡੇ ਭਾਗ ਬਹੁਤੇ ਹੀ ਵੱਡੇ ਭਾਗ ਗੁਰੂ ਜੀ ਨੇ ਉਹਨਾਂ ਦੀ ਭਾਵਨਾ ਨੂੰ ਪੂਰਿਆ ਕੀਤਾ ਜੀ ਫਿਰ ਤੁਸੀਂ ਸੁਣਿਆ ਮਾਤਾ ਸੱਚੇ ਪਾਤਸ਼ਾਹ ਮਾਤਾ ਭਾਗ ਪ੍ਰੀਤ ਦੇ ਘਰ ਬੈਠੇ ਹੋਏ ਨੇ ਜੀ ਤੇ ਕਸ਼ਮੀਰ ਦੀ ਬਹੁਤ ਦੂਰੋਂ ਦੂਰੋਂ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਈ। ਇੱਕ ਇਲਾਕੇ ਤੋਂ ਸੰਗਤ ਆਈ ਤੇ ਭਾਈ ਕਟੂ ਸ਼ਾਹ ਜੀ ਦੇ ਘਰ ਰੁਕੀ ਸੰਗਤ ਜੀ। ਉਹਨਾਂ ਕੋਲ ਬਹੁਤ ਵਧੀਆ ਤੇ ਕੀਮਤੀ ਸ਼ਹਿਦ ਸੀਗਾ। ਭਾਈ ਕਟੂ ਜੀ ਸਾਧ ਸੰਗਤ ਦੀ ਉਹ ਸ਼ਹਿਦ ਮੰਗਦੇ ਐ। ਗੁਰਸਿੱਖ ਕਹਿੰਦੇ ਵੀ ਇਹ ਸ਼ਹਿਦ ਤਾਂ ਗੁਰੂ ਆਰ ਗੋਬਿੰਦ ਸਾਹਿਬ ਵਾਸਤੇ ਐ। ਅਸੀਂ ਨਹੀਂ ਦੇ ਸਕਦੇ। ਜਦੋਂ ਉਹ ਸ਼ਹਿਦ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਪਹੁੰਚੇ ਤਾਂ ਸਾਰੇ ਸ਼ਹਿਦ ਨੂੰ ਕੀੜੇ ਪੈ ਗਏ ਸਨ ਜੀ ਉਦੋਂ ਸ਼ਹਿਦ ਨੂੰ ਕੀੜੇ ਨਹੀਂ ਪੈਂਦੇ ਪਰ ਇਹ ਕੋਈ ਵੱਖਰੀ ਲੀਲਾ ਉਹ ਵੇਖ ਕੇ ਬੜੇ ਹੈਰਾਨ ਹੋਏ ਕਹਿੰਦੇ ਮਹਾਰਾਜ ਸਵੇਰ ਤੱਕ ਸਹੀ ਸੀਗਾ ਇੱਕ ਦਮ ਕੀੜੇ ਉਹ ਵੀ ਸ਼ਹਿਦ 'ਚ ਮਹਾਰਾਜ ਕਹਿੰਦੇ ਸਾਡੇ ਸਿੱਖ ਨੇ ਵਸਤੂ ਮੰਗੀ ਤੁਸੀਂ ਦਿੱਤੀ ਨਹੀਂ ਫਿਰ ਇਹਦੇ 'ਚ ਕੀੜੇ ਹੀ ਪੈਣੇ ਇਹ ਨਾ ਕਹਿਣ ਲੱਗੇ ਜਦੋਂ ਇਹ ਗੱਲ ਹੋਈ ਤੇ ਕਿੰਨ ਲੱਗੇ ਮਹਾਰਾਜ ਕੌਣ ਮਾੜਾ ਕਹਿੰਦੇ ਭਾਈ ਕਟੂ ਜੀ ਭਾਈ ਕਟੂ ਜੀ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੈਗਾ ਭਾਈ ਕਟੂ ਜੀ ਬਾਣੀ ਪੜਨ ਵਾਲੇ ਸਿਮਰਨ ਕਰਨ ਵਾਲੇ ਹਨ ਜੀ ਸਾਰੀ ਦਿਹਾੜੀ ਬੰਦਾ ਪਾਪ ਕਰੇ ਵਕਾਰ ਕਰੇ ਮਾੜਾ ਸੋਚੇ ਲੋਕਾਂ ਦੇ ਦਿਲ ਦੁਖਾਵੇ ਆਖੇ ਮੈਂ ਵੀ ਗੁਰੂ ਜੀ ਦਾ ਹੀ ਰੂਪ ਐ ਬੰਦੇ ਦੀ ਭੁੱਲ ਐ ਜੀ ਹਾਂਜੀ ਬਾਣੀ ਪੜੇ ਨੇਕ ਕਰਮ ਕਰੇ ਸ਼ੁਭ ਕਰਮ ਕਰੇ ਕਿਸੇ ਦਾ ਹਿਰਦਾ ਨੰਦਖਾਵੇ ਸੰਗਤ ਜੀ ਉਹਦੇ ਤੇ ਉਹ ਗੁਰਮੁਖ ਸਿੱਖ ਜਿਹੜਾ ਨਾ ਉਹ ਗੁਰੂ ਜੀ ਦਾ ਰੂਪ ਹੈਗਾ ਜੀ ਗੁਰਮੁਖ ਸਿੱਖ ਮਾਰਾ ਕਹਿੰਦੇ ਸਾਡਾ ਰੂਪ ਨੇ ਜੀ ਕੱਲ ਤੁਸੀਂ ਕਥਾ ਸੁਣੀ ਉਹਦੇ ਤੇ ਬਚਨ ਆਇਆ ਸੀ ਗੁਰਮੁਖ ਸਿੱਖਾਂ ਦਾ ਜੀ ਜਿਨ੍ਹਾਂ ਦਾ ਮੁਖ ਸਦਾ ਹੀ ਗੁਰੂ ਜੀ ਵੱਲ ਹੈ ਜੀ ਭਾਈ ਕਟੂ ਜੀ ਦਾ ਮੁਖ ਸਦਾ ਹੀ ਗੁਰੂ ਜੀ ਦੇ ਵੱਲ ਹੈ ਭਾਈ ਕਟੂ ਜੀ ਗੁਰੂ ਜੀ ਦੇ ਗੁਰਮੁਖ ਸਿੱਖ ਨੇ ਮਾਰਾ ਕਹਿੰਦੇ ਜਾਓ ਭਾਈ ਕਟੂ ਜੀ ਦੇ ਕੋਲ ਸ਼ਾਇਦ ਦੁਬਾਰਾ ਲੈ ਜਾਓ ਭਾਈ ਕਟੂਰੀ ਦੇ ਕੋਲ ਸ਼ਾਇਦ ਦੁਬਾਰਾ ਲੈ ਗਏ ਵਿੱਚੋਂ ਜੇ ਕੱਟ ਕੇ ਇੱਕ ਪਾਸਿਓਂ ਸਾਫ਼ ਸੁਥਰਾ ਸ਼ਾਇਦ ਉਹਨਾਂ ਨੇ ਵਰਤਿਆ ਜਦੋਂ ਭਾਈ ਕਟੂਰੀ ਨੇ ਸ਼ਾਇਦ ਵਰਤਿਆ ਕੀੜੇ ਸਾਰੇ ਦੂਰ ਹੋ ਗਏ ਜੀ ਆਏ ਮਹਾਰਾਜ ਕੋ ਮਹਾਰਾਜ ਸ਼ਾਇਦ ਲੋ ਮਾਰਾ ਕਹਿੰਦੇ ਗੁਰਮੁਖ ਸਿੱਖਾਂ ਵਿੱਚ ਤੇ ਸਾਡੇ ਵਿੱਚ ਫਰਕ ਨਹੀਂ ਸਮਝਣਾ ਹਾਂਜੀ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਡਾਣੀ ਪਰਤੇ ਤਾਂ ਰੱਖਿਓ ਇਹ ਉਹਨਾਂ ਵਾਸਤੇ ਹੈ ਜਿਹੜੇ ਚੇਲੇ ਨੇ ਜੀ ਮੈਂ ਤੁਸੀਂ ਅਸੀਂ ਇਮਾਨਦਾਰੀ ਦੇ ਨਾਲ ਸੋਚੀਏ ਬਿਲਕੁਲ ਇਮਾਨਦਾਰੀ ਦੇ ਨਾਲ ਅਜੇ ਅਸੀਂ ਗੁਰੂ ਜੀ ਦੇ ਸਿੱਖ ਵੀ ਨਹੀਂ ਬਣੇ ਜੀ ਸਿੰਘ ਬਣਨਾ ਖਾਲਸਾ ਬਣਨਾ ਬੜੀ ਵੱਡੀ ਗੱਲ ਹੈ ਜੀ ਸਿੱਖ ਨੂੰ ਹੁਕਮ ਹੈ ਪੰਜ ਬਾਣੀਆਂ ਦਾ ਨਿਤਨੇਮ ਕਰਨ ਦਾ ਜੀ ਹਾਂਜੀ ਅਸੀਂ ਇਮਾਨਦਾਰੀ ਨਾਲ ਵਿਚਾਰ ਕਰੀਏ ਆਪਣੀ ਮਰਜ਼ੀ ਦੇ ਨਾਲ ਤਾਂ ਬਾਣੀ ਪੜਦੇ ਪਰ ਗੁਰੂ ਜੀ ਦੀ ਆਗਿਆ ਅਨੁਸਾਰ ਬਾਣੀ ਨਹੀਂ ਪੜਦੇ ਜੀ ਸੇਖਨੂ ਬੜੇ ਬੜੇ ਰਹਿਤਨਾਮਿਆਂ ਚ ਮਾਰਾ ਨੇ ਹੁਕਮ ਬਖਸ਼ੇ ਅਸੀਂ ਇੱਕ ਵੀ ਹੁਕਮਨਾਮਾ ਚੰਗੀ ਤਰ੍ਹਾਂ ਨਹੀਂ ਮੰਨਦੇ ਜੀ ਇੱਕ ਵੀ ਨਹੀਂ ਜੀ ਕੱਲਾ ਪੰਜ ਬਾਣੀਆਂ ਦਾ ਹੁਕਮ ਲੈ ਲਈਏ ਉਹ ਵੀ ਚੰਗੀ ਤਰ੍ਹਾਂ ਨਹੀਂ ਮੰਨਿਆ ਜਾਂਦਾ ਜੀ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਠ ਦਾ ਹੁਕਮ ਹੈਗਾ ਜੀ ਕਦੀ ਪਾਠ ਹੋ ਗਿਆ ਤੇ ਕਦੀ ਨਹੀਂ ਹੋਇਆ ਜੀ ਹਾਂਜੀ ਉਹ ਮਤਲਬ ਹਫਤੇ ਚ ਕਦੀ ਅਰੀ ਹੋ ਗਿਆ ਤੇ ਬਹੁਤੇ ਦਿਨਾਂ ਨਾ ਗਈ ਹੁੰਦੇ ਨੇ ਜੀ ਹਾਂਜੀ ਅਸੀਂ ਸਿੱਖ ਨਹੀਂ ਬਣੇ ਅਜੇ ਜਿਹੜੇ ਸਵਾਸ ਸਵਾਸ ਨਾਮ ਜਪਦੇ ਭਜਨ ਕਰਦੇ ਬ੍ਰਹਮ ਗਿਆਨ ਚ ਲੀਨ ਨੇ ਨਾ ਗੁਰੂ ਆਰ ਰੋਬਿੰਦਰ ਸਾਹਿਬ ਕਹਿੰਦੇ ਉਹ ਮੇਰਾ ਹੀ ਰੂਪ ਨੇ ਭਾਈ ਗੁਰਦਾਸ ਜੀ ਕਹਿੰਦੇ ਦੋਏ ਦੋਏ ਅੱਖੀ ਪੇਖੀ ਅਨ ਇੱਕ ਦਰਸ਼ਨ ਦਿਖੈ ਸਿੱਖ ਦੀਆਂ ਵੀ ਦੋ ਅੱਖਾਂ ਨੇ ਤੇ ਗੁਰੂ ਸਾਹਿਬ ਦੀਆਂ ਵੀ ਦੋ ਅੱਖਾਂ ਨੇ ਨੇਤਰ ਨੇ ਪਰ ਵੇਖਣ ਨੂੰ ਉਹਨਾਂ ਦੀਆਂ ਵੱਖਾਂ ਵਖਰੀਆਂ ਤੇ ਸਿੱਖ ਦੀਆਂ ਵਖਰੀਆਂ ਤੇ ਗੁਰੂ ਜੀ ਦੀਆਂ ਵਖਰੀਆਂ ਨੇ ਅੰਦਰ ਦੀ ਜੋਤ ਸੰਗਤ ਦੀ ਇੱਕ ਹੀ ਹੈ ਜੀ ਨਾਮ ਜਪ-ਜਪ ਕੇ ਸਿੱਖ ਉੱਥੇ ਹੀ ਪਹੁੰਚ ਜਾਂਦਾ ਜੀ ਅੰਤਹਕਰਨ ਸਾਫ਼ ਕਰ ਲੈਂਦਾ ਜੀ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਬਾਣੀ 'ਚ ਬੜਾ ਕੁਝ ਕਹਿੰਦਾ ਜੀ ਜੇ ਕੋ ਸਿੱਖ ਗੁਰੂ ਸੇਤੀ ਸਨਮਖ ਹੋਵੇ ਹੋਵੇ ਤਾਂ ਸਨਮਖ ਸਿੱਖ ਕੋਈ ਜਿਹਾ ਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਾਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣ ਗੁਰਬਿਨ ਅਵਰ ਨ ਜਾਣ ਕੋਏ ਕਹ ਨਾਨਕ ਸੁਣੋ ਸੰਤੋ ਸੋ ਸਿਖ ਸਨਮੁਖ ਹੋਏ ਇਹ ਸਾਰੇ ਲੱਛਣ ਭਾਈ ਸਾਹਿਬ ਭਾਈ ਕਟੂ ਛਾਹ ਜੀ ਦੇ ਵਿੱਚ ਹਨ ਜੀ ਭਾਈ ਕਟੂ ਜੀ ਦੇ ਵਿੱਚ ਨੇ ਮੈਂ ਥੋੜੇ ਜਿਹੇ ਅਰਥ ਅਖਰੀ ਕਰਦੇ ਆਂ ਫਿਰ ਆਪਾਂ ਲੜੀਵਾਰ ਕਥਾ ਵੀ ਸੁਣਨੀ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਜੇ ਕੋਈ ਸਿੱਖ ਗੁਰੂ ਸਾਹਿਬ ਦੇ ਸਨਮੁਖ ਹੋਵੇ ਉਹਦੇ ਲੱਛਣ ਕੀ ਨੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਹਾ ਹੋ ਰਹਿ ਗੁਰ ਨਾਲੇ ਸਭ ਤੋਂ ਪਹਿਲਾਂ ਉਹ ਕਿਸੇ ਵੀ ਥਾਂ ਤੇ ਹੋਵੇ ਉਹ ਕੰਮਕਾਰ ਕਰਨਦੇ ਆਵੇ ਉਹ ਘਰ ਵਿੱਚ ਹੋਵੇ ਉਹ ਮਨੋਂ ਆਪਣੇ ਗੁਰੂ ਸਾਹਿਬ ਦੇ ਨੇੜੇ ਹੀ ਰਵੇ ਜੀ ਇਥੋਂ ਹੀ ਕੰਮ ਮਾਰ ਮਾਰ ਖਾ ਲੈਨੇ ਜੇ ਜਦੋਂ ਅਸੀਂ ਪਾਪ ਕਰਦੇ ਹਾਂ ਉਹ ਗੁਰੂ ਸਾਹਿਬ ਦੇ ਨੇੜੇ ਨਹੀਂ ਹੁੰਦੇ ਜੀ। ਪਾਪ ਤੋਂ ਮਨਚ ਗੁਰੂ ਜੀ ਦਾ ਭੈਣ ਨਹੀਂ ਹੁੰਦਾ ਸਾਡੇ ਜੀ। ਹਾਂਜੀ ਮਨਚ ਭੈਣ ਨਹੀਂ ਹੁੰਦਾ ਇਸ ਕਰਕੇ ਅਸੀਂ ਕਹਿ ਨਹੀਂ ਸਕਦੇ ਵੀ ਅਸੀਂ ਸਨਮੁਖ ਹੈ ਗਏ ਆ ਜੀ। ਅਸੀਂ ਨਹੀਂ ਕਹਿ ਸਕਦੇ। ਹੋਵੇ ਤਾਂ ਸਨਮੁਖ ਸਿੱਖ ਕੋਈ ਜਿਹਾ ਰਹੇ ਗੁਰ ਨਾਲੇ ਸਰੀਰ ਭਾਵੇਂ ਨਾ ਰਵੇ ਜੀ ਗੁਰੂ ਸਾਹਿਬ ਦੇ ਅਨੁਸਾਰ ਰਵੇ ਜੀ। ਭਾਈ ਕਟੂ ਸਾਹੀ ਇਸ ਤਰ੍ਹਾਂ ਦੇ ਨੇ ਅਸ਼ਾ ਜੀ ਉਹ ਸਦਾ ਕਿਵੇਂ ਨਾਲ ਰਹਿਣਾ ਉਹ ਵੀ ਧਿਆਨ ਨਾਲ ਸੁਣਿਓ ਭਗਤ ਜੀ ਭਗਤ ਗੁਰ ਕਿਰਪਾਲ ਸਿੰਘ ਜੀ ਗੁਰੂ ਵਾਲੀ ਵਾਲੇ ਮਹਾਂਪੁਰਖ ਮਹਾਂਪੁਰਖਾਂ ਬਚਨ ਸੁਣਾਇਆ ਕਹਿੰਦੇ ਜਦੋਂ ਸੌਂਦੇ ਸਨ ਨਾ ਸੁੱਤੇ ਪਿਆਂ ਦੇ ਵੀ ਹੱਥ ਜੁੜੇ ਹੁੰਦੇ ਸੀਗੇ ਜੀ ਕਮਾਲ ਦੀ ਗੱਲ ਜੀ ਇੱਥੇ ਬੰਦਾ ਜਾਗਦਾ ਨਹੀਂ ਹੱਥ ਜੋੜਦਾ ਉਹ ਸੁੱਤੇ ਪਿਆਂ ਦੇ ਵੀ ਹੱਥ ਜੁੜੇ ਹੁੰਦੇ ਸੀਗੇ ਜੀ ਕਹਿੰਦੇ ਜੇ ਪਾਸਾ ਲੈਣਾ ਤੇ ਹੱਥ ਜੁੜੇ ਹੋਣੇ ਜੀ ਦੂਜੇ ਪਾਸੇ ਹੋਣਾ ਤੇ ਹੱਥ ਜੁੜੇ ਹੋਣੇ ਹਾਂਜੀ ਤੇ ਸਿੱਧੇ ਲੰਮੇ ਪਏ ਹੋਣਾ ਤੇ ਤਾਂ ਵੀ ਹੱਥ ਜੁੜੇ ਹੀ ਹੁੰਦੇ ਸੀਗੇ ਜੀ ਜਿਹਾ ਹੋ ਰਹੇ ਗੁਰ ਨਾਲੇ ਜਾਗਦਿਆਂ ਤਾਂ ਗੁਰੂ ਜੀ ਦੇ ਨਾਲ ਨੇ ਸੁੱਤੇ ਪਿਆ ਵੀ ਮਾਰਦ ਦੇ ਲੱਗੇ ਰਹਿਣਾ ਜੀ ਗੁਰ ਕੇ ਚਰਨ ਹਿਰਦੈ ਧਾਏ ਅੰਤਰ ਆਤਮੈ ਸਮਾਲੇ ਗੁਰੂ ਦੇ ਚਰਨ ਸਦਾ ਹੀ ਆਪਣੇ ਹਿਰਦੇ 'ਚ ਤੇਉਣਾ ਭਾਵ ਸਦਾ ਹੀ ਮਨ ਨੂੰ ਚੇਤੇ ਕਰਦੇ ਰਹਿਣਾ ਕਰਦੇ ਰਹਿਣਾ ਕੋਈ ਕੰਮ ਕਾਰ ਕਰਨਾਂ ਦੀ ਅੰਤਰਾਤਮੈ ਸਮ ਅੰਤਰਾਤਮੈ ਮਿਲੇ ਰਹਿਣਾ ਦੀ ਹੁਣ ਸਿੱਧੀ ਦੀ ਗੱਲ ਹੈਗੀ ਆ ਜੀ ਮਹਾਰਾਜ ਨੇ ਬਾਣੀ 'ਚ ਉਹ ਉਹ ਪ੍ਰਮਾਣ ਦਿੱਤੇ ਜਿਹੜੇ ਆਮ ਵਰਤ ਦੇ ਜੀ ਜੈਸੇ ਵਿਖੇ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਇੱਕ ਵਿਬਚਾਰਨ ਇਸ ਤਰੀਕੇ ਕਿਸੇ ਪੁਰਸ਼ ਨਾਲ ਵਿਬਚਾਰ ਕਰੇ ਨਾ ਜੀ ਬੜਾ ਖਤਰੇ ਚ ਪਾ ਕੇ ਵਿਬਚਾਰ ਕਰਦੀ ਜੀ ਸਭ ਕੁਝ ਦਾਤੇ ਲੱਗਾ ਹੁੰਦਾ ਤਾਂ ਭੁਵੇਖ ਵੀ ਦਾਤੇ ਲੱਗਾ ਹੁੰਦਾ ਸਾਥ ਸੰਗਤ ਜੀ ਭੁਵੇਖ ਵੀ ਦਾਤੇ ਲੱਗਾ ਜੀ ਗਲਤ ਕੰਮ ਕਰਨ ਲਈ ਹੈ ਹਾਂਜੀ ਪਰ ਸਭ ਕੁਝ ਖਤਰੇ ਚ ਪਾ ਕੇ ਤੇ ਉਹ ਵਿਬਚਾਰ ਕਰ ਰਹੀ ਹੈ ਜੀ ਕਹਿੰਦੇ ਉਹਦਾ ਪ੍ਰੇਮ ਹੈ ਜੀ ਉਸ ਟੀਨ ਦੇ ਨਾਲ ਭਗਤ ਨਾਮਦੇਵ ਜੀ ਕਹਿੰਦੇ ਇਹੋ ਜਿਹਾ ਪ੍ਰੇਮ ਮੇਰਾ ਰੱਬ ਨਾਲ ਹੈਗਾ ਜੀ। ਵੇ ਵਿਚਾਰੇ ਬੰਦੇ ਨੂੰ ਮਾਲਾ ਨਹੀਂ ਫੇਰਨੀ ਪੈਂਦੀ ਜੀ। ਉਹਦਾ ਧਿਆਨ ਉਧਰ ਲੱਗਾ ਰਹਿੰਦਾ ਜੀ। ਯਾਦ ਲੱਗੀ ਰਹਿੰਦੀ ਜੀ। ਹਰ ਸਮੇ ਉਧਰ ਹੀ ਸੋਚੀ ਜਾਂਦਾ ਜੀ। ਮੈਨੂੰ ਇੱਕ ਬੰਦਾ ਕਹਿਣ ਲੱਗਾ ਕਹਿਣ ਲੱਗਾ ਗਿਆਨੀ ਜੀ। ਪਾਠ ਕਰਦੇ ਹਾਂ ਵੀ ਇਹੋ ਜਿਹੀਆਂ ਸੋਚਾਂ ਆ ਹੀ ਜਾਂਦੀਆਂ ਜੀ। ਉਹ ਟ੍ਰੇਨਿੰਗ ਥੋੜੀ ਦਿੱਤੀ ਜੀ ਕਿਸੇ ਨੇ ਆਪੇ ਹੀ ਆ ਹੀ ਜਾਂਦੀਆਂ ਜੀ। ਆਪੇ ਆ ਹੀ ਜਾਂਦੀਆਂ ਜੀ। ਅੰਤਰਾਤਮੇ ਬੰਦਾ ਉਹ ਸਟੀਰ ਨਾਲ ਜੁੜ ਗਿਆ ਜੀ ਤਾਂ ਉਹ ਸੋਚਾਂ ਸੋਚਣ데요 ਜੀ ਕਥਾ ਸੁਣਦਾ ਵੀ ਉਹ ਸੋਚਾਂ ਆਈ ਜਾਣਗੀਆਂ ਜੀ ਮਾਦਰ ਕਹਿੰਦੇ ਜਿਹੜਾ ਸਨਮੁਖ ਹੈ ਨਾ ਜੀ ਉਹ ਅੰਤਰਾਤਮਿਕ ਗੁਰੂ ਸਾਹਿਬ ਨਾਲ ਜੁੜਿਆ ਹੁੰਦਾ ਜੀ ਅੰਤਰਾਤਮੇ ਸਮਾਲੇ ਆਪ ਛੱਡ ਸਦਾ ਰਹਿ ਪਰਣ ਆਪਣੇ ਅੰਦਰੋਂ ਆਪਾ ਛੱਡ ਕੇ ਪਰਣੇ ਦਾ ਮਤਲਬ ਹੁੰਦਾ ਆਸਰਾ ਸਦਾ ਆਪਣੇ ਗੁਰੂ ਦੇ ਆਸਰੇ ਹੀ ਰਹਿੰਦਾ ਵੀ ਮੇਰਾ ਗੁਰੂ ਮੈਨੂੰ ਬਚਾਏਗਾ ਇਸ ਕੰਮ ਤੋਂ ਮੇਰੇ ਗੁਰੂ ਜੀ ਮੈਨੂੰ ਬਚਾਉਣਗੇ ਠੀਕ ਹੈ ਆਪਣੀ ਸਿਆਣਪ ਬੰਦੇ ਨੂੰ ਚਾਹੀਦੀ ਹੈ ਪਰ ਵਿਕਾਰਾਂ ਤੋਂ ਬੰਦਾ ਉਦੋਂ ਹੀ ਬਚ ਸਕਦਾ ਜਦੋਂ ਗੁਰੂ ਜੀ ਮਿਹਰ ਕਰਦੇ ਨੇ ਜੀ ਜਿੰਨਾ ਚਿਰ ਤੱਕ ਗੁਰੂ ਮਿਹਰ ਨਾ ਕਰੇ ਬੰਦਾ ਨਹੀਂ ਬਚ ਸਕਦਾ ਜੀ ਅੰਤਰਾਤ ਮੈਂ ਸਮਾਲੇ ਆਪ ਛੱਡ ਸਦਾ ਰਹਿ ਪਰਣਾ ਗੁਰਬਿਨ ਅਵਰ ਨਾ ਜਾਣਾ ਕੋਏ ਕਹ ਨਾਨਕ ਸੁਣੋ ਸੰਤੋ ਸੋ ਸਿਖ ਸਨਮਖ ਹੋਏ ਭਾਈ ਸਹਿਬ ਭਾਈ ਕਟੂ ਛਾਹ ਜੀ ਸੰਮੁਖ ਨੇ ਮਾਰਾ ਕਹਿੰਦੇ ਜਿਹੜੇ ਸੰਮੁਖ ਸਿੱਖ ਨੇ ਗੁਰਮੁਖ ਸਿੱਖ ਨੇ ਉਹ ਮੇਰਾ ਹੀ ਰੂਪ ਨੇ ਕਹਿਣ ਲੱਗੇ ਗੁਰਮੁਖ ਸਿੱਖ ਮੇਰਾ ਹੀ ਰੂਪ ਨੇ ਸੋ ਇਸ ਤਰੀਕੇ ਨਾਲ ਮਾਰਾ ਕਹਿੰਦੇ ਗੁਰਮੁਖ ਸਿੱਖ मम ਭੇਦ ਨਾ ਲਹਿਓ ਏਕ ਰੂਪ ਕਰ ਜਨਹੁ ਦੋਈ ਗੁਰ ਅਰ ਸਿੱਖ ਨ ਅੰਤਰ ਕੋਈ ਇਹ ਬਚਨ ਕਾ ਕਿ ਸ਼ਾਇਦ ਅਲਾ ਪਾਂਡਾ ਮਾਲਦੇ ਨੇ ਰਖਾ ਲਿਆ ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸੁਣੀਏ ਆਓ ਪਿਆਰ ਵਿੱਚ ਸਾਰੀ ਸੰਗਤ ਗੱਜ ਕੇ ਕਹੋ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਭ ਆਖੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਕਿਤਕ ਦਿਉਸ ਬੀਤੇ ਤਿਸ ਦੇਸ ਕੁਝ ਦਿਨ ਸੱਚੇ ਪਾਤਸ਼ਾਹ ਫਿਰ ਉੱਥੇ ਰਹੇ ਜੀ ਕਸ਼ਮੀਰ ਵੇਤੀ ਰਹੇ ਮਾਤਾ ਭਾਗਪਰੀ ਦੇ ਘਰ ਵਿੱਚ ਰਹੇ ਸੱਚੇ ਪਾਤਸ਼ਾਹ ਹਾਂਜੀ ਨਿਤ ਨੌਤਨਗੁਰ ਚਰਿਤ ਵਸ਼ੇਸ਼ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਕਹਿੰਦੇ ਹਰ ਰੋਜ਼ ਹੀ ਸੱਚੇ ਪਾਤਸ਼ਾਹ ਨੇ ਨਵਾਂ ਹੀ ਕੌਤਕ ਵਿਖਾਇਆ ਜੀ ਹਰ ਰੋਜ਼ ਨਵਾਂ ਹੀ ਕੌਤਕ ਨੇਤ ਨਵਾਂ ਕੌਤਕ ਸੱਚੇ ਪਾਤਸ਼ਾਹ ਵਿਖਾਉਂਦੇ ਆ ਹਾਂਜੀ ਅੰਤ ਸਮਾ ਬਿਰਦਾ ਕੋ ਆਵਾ ਉਧਰ ਫਿਰ ਸਾਧ ਸੰਗਤ ਜੀ ਮਾਤਾ ਜੀ ਮਾਤਾ ਭਾਗ ਭਰੀ ਦੀ ਆਖੋ ਧੰਨ ਮਾਤਾ ਭਾਗ ਭਰੀ ਦੀ ਧੰਨ ਮਾਤਾ ਭਾਗ ਭਰੀ ਜੀ ਮਾਤਾ ਭਾਗ ਭਰੀ ਦੀ ਦਾ ਅੰਤਮ ਸਮਾ ਆ ਗਿਆ ਅੰਤਮ ਸਮਾ ਤੇ ਸਭ ਦਾ ਹੀ ਆਉਣਾ ਜੀ ਹਾਂਜੀ ਪਰ ਦਰਵੰਤਮ ਸਮੇਂ ਦੀ ਕਥਾ ਕਰੀਏ ਤੇ ਡਰ ਜਾ ਲੱਗਣ ਲੱਗ ਪੈਂਦਾ ਸਾਰਿਆਂ ਨੂੰ ਕਰਨ ਵਾਲੇ ਨੂੰ ਡਰ ਲੱਗਣ ਲੱਗ ਪੈਂਦਾ ਜੀ ਹਾਂਜੀ ਅੰਤਮ ਸਮਾ ਆ ਗਿਆ ਜੀ ਮਾਤਾ ਜੀ ਦਾ ਹਾਂਜੀ ਤਨ ਤਿਆਗਿ ਔਰ ਹਰਖ ਉਪਾਵਾ ਤੁਹਾਲ ਦੀ ਗੱਲ ਇਹ ਐ ਮਾਤਾ ਜੀ ਨੇ ਗੁਰੂ ਸਾਹਿਬ ਕੋਲੋਂ ਆਗਿਆ ਲਈ ਜੀ ਸਾਰੀਆਂ ਸੰਗਤਾਂ ਦੇ ਵਿੱਚ ਮਾਤਾ ਜੀ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਲੇਟ ਗਏ ਵਾਹਿਗੁਰੂ 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 ਜਪਦਿਆਂ ਤਨ ਤਨ ਮਾਤਾ ਭਾਗ ਭਰੀ ਜੀ ਨੇ ਸਰੀਰ ਛੱਡ ਦਿੱਤਾ ਜੀ ਫਿਰ ਤਨ ਤਿਆਗਿਓ ਔਰ ਹਰਖ ਉਪਾਵਾ ਸਰੀਰ ਛੱਡਣ ਲੱਗਿਆਂ ਲੋਕ ਰੋਂਦੇ ਤੇ ਸਰੀਰ ਛੱਡਣ ਦਾ ਦਰਦ ਬੜਾ ਭੈੜਾ ਹੈਗਾ ਜੀ ਪਰ ਤਨ ਮਾਤਾ ਭਾਗ ਭਰੀ ਜੀ ਖੁਸ਼ ਸਨ ਜੀ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਰੱਬ ਦਾ ਕੀਤਾ ਹੋਇਆ ਰੱਬ ਦੇ ਪਿਆਰਿਆਂ ਨੂੰ ਮਿੱਠਾ ਲੱਗਦਾ ਜੀ ਮਾਤਾ ਜੀ ਦੀ ਅਵਸਥਾ ਬਣ ਗਈ ਸੀਗੀ ਕਪਾੜ ਖੁੱਲ ਗਏ ਸਨ ਮਹਿਰ ਹੋ ਚੁੱਕੀ ਸੀਗੀ ਜੀ ਮਾਤਾ ਜੀ ਨੇ ਮਿੱਠਾ ਮੰਨਿਆ ਵੀ ਮੇਰਾ ਸਰੀਰ ਛੱਡਣ ਦਾ ਸਮਾਂ ਆ ਗਿਆ ਖੁਸ਼ੀ ਖੁਸ਼ੀ ਦੇ ਨਾਲ ਮਾਤਾ ਜੀ ਸਰੀਰ ਛੱਡਦੇ ਕਮਾਲ ਦੀ ਗੱਲ ਹੈ ਜੀ ਐਵੇਂ ਥੋੜੀ ਗੁਰੂ ਅਰਜਨ ਦੇਵ ਜੀ ਕਹਿੰਦੇ ਆ का किया प्रभ का किया प्रभ का प्रभ का जन्मीठ लगाना ਪ੍ਰਭ ਕਾ ਕੀਆ ਪ੍ਰਭ ਕਾ ਕੀਆ ਪ੍ਰਭ ਕਾ ਕੀਆ ਪ੍ਰਭ ਕਾ ਕੀਆ ਜਨਮੀਠ ਲਗਾਣਾ ਪ੍ਰਭ ਕਾ ਪ੍ਰਭ ਕਾ ਕੀਆ ਜਨਮੀਠ ਲਗਾਨਾ ਪ੍ਰਭ ਕਾ ਪ੍ਰਭ ਕਾ ਕੀਆ ਜਨਮੀਠ ਲਗਾਨਾ ਪ੍ਰਭ ਕਾ ਪ੍ਰਭ ਕਾ ਕੀਆ ਜਨਮੀਠ ਲਗਾਣਾ ਪ੍ਰਭ ਕਾ ਕੀਆ ਜਨਮੀਠ ਲਗਾਣਾ ਪ੍ਰਭ ਕਾ ਸਰੀਰ ਛੱਡਣਾ ਤੇ ਸਰੀਰ ਹੀ ਅਜੇ ਜਨਮੀਠ ਲਗਾਨਾ ਪ੍ਰਭ ਕਾ ਪ੍ਰਭ ਕਾ ਕੀਆ ਜਨਮੀਠ ਲਗਾਨਾ ਪ੍ਰਭ ਕਾ ਪ੍ਰਭ ਕਾ ਕੀਆ ਸਰੀਰ ਛੱਡਣਾ ਤੇ ਸਰੀਰ ਛੱਡਣਾ ਹੀ ਹੈ ਪਰ ਮਾਤਾ ਭਾਗਪਰੀ ਦੀ ਤੇ ਇਹ ਹੁਕਮ ਆਇਆ ਹੁਕਮੇ ਜੰਮਣ ਹੁਕਮੇ ਮਰਣਾ ਹਾਂਜੀ ਮਾਤਾ ਜੀ ਨੇ ਰੱਬ ਦਾ ਹੁਕਮ ਖਿੜੇ ਮੱਥੇ ਪ੍ਰਵਾਨ ਕੀਤਾ ਜੀ ਸਰੀਰ ਤਿਆਗਣ ਲੱਗਿਆਂ ਮਾਤਾ ਜੀ ਬਹੁਤ ਹੀ ਪ੍ਰਸੰਨ ਹੋਏ ਜੀ ਫਿਰ ਸਰੀਰ ਛੱਡਿਆ ਜੀ ਵੇਖੋ ਨਾ ਜੀ ਸਰੀਰ ਛੱਡਣਾ ਹੋਵੇ ਤੇ ਗੁਰੂ ਆਰ ਗੋਬਿੰਦ ਸਾਹਿਬ ਸਾਹਮਣੇ ਬੈਠੇ ਹੋਣ ਕਿੱਡੀ ਵੱਡੀ ਗੱਲ ਹੈ ਜੀ ਹਾਂਜੀ ਗੁਰਕੇ ਨਿਕਟ ਕੋ ਸ਼ਾਸਨ ਕਰਿਓ ਹਾਂਜੀ ਨਖ ਸੇਖ ਰੁਚਰ ਸਰੂਪ ਨੇ ਹਰਿਓ ਕਹਿੰਦੇ ਨੇੜੇ ਹੀ ਆਪਣਾ ਅਸਣ ਲਾਇਆ ਗੁਰੂ ਸਾਹਿਬ ਦੇ ਸਾਹਮਣੇ ਜੀ ਸਿਰ ਤੋਂ ਲੈ ਕੇ ਚਰਣਾ ਤੱਕ ਚਰਣਾ ਦੇ ਨੋਹਾਂ ਤੱਕ ਸਤਿਗੁਰੂ ਜੀ ਦੇ ਸਰੀਰ ਦੇ ਦਰਸ਼ਨ ਕੀਤੇ ਜੀ ਮਾਤਾ ਜੀ ਨੇ ਹਾਂਜੀ ਦੇਖਤ ਦੇਖਤ ਸਤ ਗੁਰ ਦੇਹ ਤੇ ਵੇਖਦਿਆਂ ਵੇਖਦਿਆਂ ਗੁਰੂ ਸਾਹਿਬ ਦ੍ਰਿਸ਼ਟੀ ਪਾ ਰਹੇ ਮਾਤਾ ਜੀ ਤੇ ਮਾਤਾ ਜੀ ਦਾ ਧਿਆਨ ਸੱਚੇ ਪਾਤਸ਼ਾਹ ਜੀ ਵੱਲ ਹੈ ਜੀ ਹਾਂਜੀ ਨਿਕਰੇ ਪ੍ਰਾਨ ਅੰਦਰ ਬਾ ਹਸਨੇ ਹ ਬਹੁਤੀ ਪ੍ਰੇਮ ਦੇ ਨਾਲ ਮਾਤਾ ਜੀ ਨੇ ਸਰੀਰ ਛੱਡ ਦਿੱਤਾ ਜੀ ਹਾਂਜੀ ਪਰਮੇਸ਼ਰ ਦਾ ਹੁਕਮ ਮੰਨ ਲਿਆ ਜੀ ਖਿੜੇ ਮੱਥੇ ਮੰਨਿਆ ਜੀ ਇੱਕ ਵਾਰੀ ਫਿਰ ਪੜੋ ਫਿਰ ਕਥਾ ਕਰਿਏ का किया प्रभ किया प्रभ किया प्रभ जन मीठ लगाना प्रभ किया प्रभ ਜਨਮ ਠ ਲਗਾ ਨਾ ਪ੍ਰਭ ਕਾ ਕੀਆ ਮਾਤਾ ਜੀ ਨੇ ਖਿੜੇ ਮਥੇ ਪ੍ਰਵਾਨ ਕੀਤਾ ਸਰੀਰ ਛੱਡਿਆ ਜੀ ਹਾਂਜੀ ਤਨ ਜਨਮ ਬਿਰਦਾ ਕੋ ਕਹੈ ਤੇ ਲੋਕ ਸਾਧ ਸੰਗਤ ਦੀ ਮਾਤਾ ਜੀ ਨੂੰ ਤਨ ਤਨ ਕਹਿਣ ਤਨ ਮਾਤਾ ਭਾਗ ਭਰੀ ਅੰਤਮ ਸਮੇ ਗੁਰੂ ਜੀ ਦੇ ਦਰਸ਼ਨ ਕਰਦੇ ਹੋਏ ਆ ਸਰੀਰ ਛੱਡਿਆ ਜੀ ਵੇਖ ਲੋ ਸੰਗਤ ਦੀ ਕਥਾ ਸੁਣਦੇ ਹੀ ਉਹਨਾਂ ਨੂੰ ਰੰਗ ਲੱਗ ਗਿਆ ਜੀ ਕਥਾ ਸੁਣਦੇ ਆ ਵੀ ਗੁਰੂ ਜੀ ਦੇ ਦਰਸ਼ਨ ਕਰਨੇ ਗੋਣਾ ਸੁਣੇ ਦਰਸ਼ਨ ਕਰਨੇ ਤੇ ਦਰਸ਼ਨਾ ਦੀ ਇੰਨੀ ਖਿੱਚ ਅੰਤਮ ਸਮੇ ਵੀ ਦਰਸ਼ਨ ਕਰਦੇ ਹੋਏ ਹੀ ਸਰੀਰ ਛੱਡਿਆ ਜੀ ਹਾਂਜੀ ਜਿਸਕੀ ਸੰਤਾ ਜੋਗੀ ਲਹੈ ਕਹਿਣ ਲੱਗੇ ਜੋਗੀ ਜੋਗੀ ਸੈਂਕੜੇ ਸਾਲ ਤਪસ્યા ਕਰਕੇ ਜਿੱਥੇ ਪਹੁੰਚਦੇ ਹਨ ਉੱਥੇ ਮਾਤਾ ਜੀ ਕੁਝ ਦਿਨਾਂ ਚ ਗੁਰੂ ਜੀ ਦੀ ਸੰਗਤ ਕਰਕੇ ਪਹੁੰਚ ਗਏਗੇ। ਹਾਂਜੀ। ਸਤ ਗੁਰ ਕੀ ਆਇਸ ਕੋ ਪਾਏ। ਫਿਰ ਗੁਰੂ ਅਰਜਨ ਗੋਬਿੰਦ ਸਾਹਿਬ ਸੱਚੇ ਪਾਸ਼ਾ ਨੇ ਆਗਿਆ ਕੀਤੀ। ਸੰਸਕਾਰਨ ਕੋ ਕੀਨ ਉਪਾਏ। ਮਹਾਰਾਜ ਕਹਿੰਦੇ ਭਾਈ ਹੁਣ ਮਾਤਾ ਜੀ ਦੇ ਸਸਕਾਰ ਦਾ ਪ੍ਰਬੰਧ ਕਰੋ। ਹਾਂਜੀ। ਸੇਵਾਦਾਰ ਆਦ ਸਿੱਖ ਸਾਰੇ। ਭਾਈ ਸੇਵਾਦਾਸ ਜੀ ਮਾਤਾ ਜੀ ਦੇ ਪੁੱਤਰ ਨੇ ਧੀ ਹੋਰ ਲੱਗੇ ਗੁਰੂ ਜੀ ਦੇ ਸਿੱਖ ਕਰਤ ਭਜਨ ਸਭ ਕਾਰ ਸੁਧਾਰੇ ਤੇ ਵਾਹਿਗੁਰੂ ਨਾਮ ਜਪਦਿਆਂ ਸੇਵਾ ਸਿਮਰਨ ਦੇ ਵਿੱਚ ਲੱਗੇ ਹੋਏ ਮਾਤਾ ਜੀ ਦੇ ਪਵਿੱਤਰ ਸਰੀਰ ਦਾ ਸਸਕਾਰ ਕੀਤਾ ਜੀ ਹਾਂਜੀ ਜਥਾ ਸ਼ਕਤ ਤੇ ਕੀ ਨ ਬੇਮਾਨ ਜਿੰਨੀ ਸਮਰੱਥਾ ਸੀ ਬਹੁਤ ਸੋਹਣਾ ਮਾਤਾ ਜੀ ਦਾ ਵਿਵਾਨ ਬਣਾਇਆ ਜਿਹਨੂੰ ਆਪਾਂ ਅਰਥੀ ਕਹਿੰਦੇ ਆ ਜੀ ਹਾਂਜੀ ਕਾਂਦ ਉਠਾਏ ਕਰਿਓ ਪਿਆਨਾ ਗੁਰਸਿੱਖਾਂ ਨੇ ਮਾਤਾ ਜੀ ਨੂੰ ਮੋਢਾ ਦਿੱਤਾ ਸਾਰਿਆਂ ਨੇ ਤੇ ਉਸ ਜਗ੍ਹਾ ਵੱਲ ਲੱਗੇ ਜਿੱਥੇ ਮਾਤਾ ਭਾਗਪਰੀ ਦੇ ਸਰੀਰ ਦਾ ਸਸਕਾਰ ਕੀਤਾ ਗਿਆ ਜੀ ਹਾਂਜੀ ਤਰੇ ਚਿਖਾ ਪਰ ਪਾਵਕ ਬਾਰੀ ਸਰੀਰ ਨੂੰ ਚਿਖਾ ਦੇ ਉੱਤੇ ਰੱਖਿਆ ਤੇ ਪਰ ਸਾਰ ਸੰਗਤ ਦੀ ਅਗਨੀ ਲਾਈ ਤਾਤਸ਼ਨ ਦੇਹ ਪਸਮਕਰ ਡਾਰੀ ਉਸੇ ਵੇਲੇ ਸਰੀਰ ਜਿਹੜਾ ਸੀ ਬੜੀ ਛੇਤੀ ਸਸਕਾਰ ਹੋ ਗਿਆ ਸੰਗਤ ਦੀ ਇਹ ਵੀ ਬੜੀ ਵੱਡੀ ਗੱਲ ਹੈ ਮੈਂ ਕਈਆਂ ਦਾ ਸਰੀਰ ਵੇਖਦਾ ਛੇਤੀ ਸਸਕਾਰ ਹੀ ਨਹੀਂ ਹੁੰਦਾ ਜੀ ਕਈ ਕਈ ਦਿਨ ਲੱਗੇ ਬਹਿਣਾ ਪੈਂਦਾ ਕਦੀ ਹਵਾ ਨੇ ਦੂਜੇ ਬੰਨਿਓ ਵਗ ਪੈਂਦੀ ਦੀ ਬਾਲਣ ਨਹੀਂ ਚੰਗਾ ਮਿਲਦਾ ਸਰੀਰ ਦਾ ਸਮੇਂ ਨਾਲ ਉਸੇ ਵੇਲੇ ਸਸਕਾਰ ਹੋ ਜਾ ਚੰਗੇ ਭਾਗ ਨੇ ਜੀ ਹਾਂਜੀ ਸਰੀਰ ਦੀ ਅਦੋ ਗਤੀ ਨਹੀਂ ਹੁੰਦੀ ਜੀ ਹਾਂਜੀ ਜਬ ਤਨ ਜਰਿਓ ਭਇਓ ਨਭ ਲਾਲ ਹੁਣ ਅਗਲੀ ਗੱਲ ਧਿਆਨ ਨਾਲ ਸੁਣਿਓ ਮਾਤਾ ਜੀ ਬ੍ਰਹਮ ਅਵਸਥਾ ਵਿੱਚ ਪਹੁੰਚ ਹੋਏ ਹੈਗੇ ਜੀ ਜਦੋਂ ਸਰੀਰ ਛੱਡਿਆ ਤੇ ਸਰੀਰ ਦਾ ਸਸਕਾਰ ਹੋ ਗਿਆ ਨਾ ਜੀ ਇੱਕਦਮ ਆਕਾਸ਼ ਲਾਲ ਹੋ ਗਿਆ ਜੀ ਹਾਂਜੀ ਪੇਖ ਸਭ ਅਚਰਜ ਕਰਿਓ ਬਿਸਾਲ ਹੁਣ ਧੁੱਪ ਚੜੀ ਸੀ ਇੱਕਦਮ ਹੀ ਅਸਮਾਨ ਲਾਲ ਬੱਦਲ ਜੇ ਠਾਗੇ ਜੀ ਤੇ ਲਾਲੀ ਜੀ ਹੋ ਗਈ ਸਾਰੇ ਕਿਤੇ ਸਾਰੇ ਵੇਖ ਕੇ ਹੈਰਾਨ ਹੋ ਗਏ ਵੀ ਇਹ ਕਿਹੋ ਜਿਹਾ ਮਾਹੌਲ ਬਣ ਗਿਆ ਕੈਸਾ ਮੌਸਮ ਬਣ ਗਿਆ ਹਾਂਜੀ ਮਾਣਾ ਨਾ ਖਚਿਓ ਇੱਕ ਆਏ ਬਿਮਾਨ ਤੇ ਹੀਰੇ ਮੋਤੀ ਲੱਗੇ ਹੋਏ ਇੱਕ ਵਿਬਾਨ ਆਇਆ ਦੀ ਫਿਰਦੀ ਹਾਂਜੀ ਸੋਰਾਸ ਰੂਪ ਹੋਏ ਚੜੀ ਸੁਜਾਨ ਤੇ ਸਾਧ ਸੰਗਤ ਜੀ ਤਨ ਮਾਤਾ ਜੀ ਮਾਤਾ ਭਾਗ ਭਰੀ ਦੀ ਦੇਵਤਿਆਂ ਵਾਲਾ ਰੂਪ ਧਾਰਨ ਕਰਕੇ ਉਸ ਵਿਬਾਨ ਵਿੱਚ ਚੜ ਗਏ ਜੀ ਹਾਂ ਜੀ ਬੇਹ ਲੋ ਕੱਪੜੇ ਨੇ ਤਾਰਤਾ ਕਥਾ ਨੇ ਤਾਰਤਾ ਨਹੀਂ ਮਾਤਾ ਜੀ ਦਾ ਹਾਂ ਜੀ ਦਿਬੇ ਸਰੂਪ ਵਿਪੂਖਨ ਬਸਨ ਮਾਤਾ ਭਾਗ ਭਰੀ ਦੀ ਦਾ ਬੜਾ ਸੋਹਣਾ ਸਰੂਪ ਬਣ ਗਿਆ ਬਹੁਤ ਦੇਵਤਿਆਂ ਵਾਲਾ ਰੂਪ ਬਣ ਗਿਆ ਜੀ ਹਾਂ ਜੀ ਮਾਨਦ ਮਾਨਦ ਸੁੰਦਰ ਮੁਖ ਹਸਨ ਤੇ ਲੋਕ ਜਿਨ੍ਹਾਂ ਕੋ ਦਿਬਬ ਦ੍ਰਿਸ਼ਟੀ ਉਹ ਵੇਖ ਰਹੇ ਆ ਮਾਤਾ ਜੀ ਹਸੰਦੈ ਨੇ ਜੀ ਵਿਭਾਂਤ ਤੇ ਚੜੰਦ ਗਿਆ ਪ੍ਰਭ ਕਾਕੀਆ ਜਨ ਮੀਠ ਲਗਾਣਾ ਹਾਂਜੀ ਸਗਰੇ ਲੋਕ ਉਲੰਗਤ ਗਈ ਹਾਂਜੀ ਸਤਗੁਰੂ ਪਰ ਕੋ ਪ੍ਰਾਪਤ ਭਈ ਸਭ ਮੰਡਲਾਂ ਨੂੰ ਪਾਰ ਕਰਕੇ ਉਹ ਵਿਬਾਨ ਫਿਰ ਸੱਚਖੰਡ 'ਚ ਪਹੁੰਚਿਆ ਜੀ ਸਤਗੁਰੂ ਦੀ ਪੂਰੀ ਸੱਚਖੰਡ ਵਸੈ ਨਿਰੰਕਾਰ ਮਾਤਾ ਜੀ ਸਤਖੰਡ ਵਿੱਚ ਪਹੁੰਚ ਗਏ ਅਨਕ ਦੇਵ ਗਣ ਸਾਦਰ ਸਾਥ ਬੜੇ ਬੜੇ ਦੇਵਤੇ ਗਣ ਉਹਨਾਂ ਬੜੇ ਸਤਕਾਰ ਦੇ ਨਾਲ ਪਹੁੰਚਾਈ ਜੋਰਤ ਜੁਗਹਾ ਦੋਵੇਂ ਹੱਥ ਜੋੜ ਕੇ ਦੇਵਤੇ ਛੱਡ ਕੇ ਆਏ ਜੀ ਉੱਥੇ ਜੀ ਵੇਖ ਲਓ ਕਿੱਡੀ ਵੱਡੀ ਅਵਸਥਾ ਹੈ ਸਾਰਾ ਰੰਗ ਕਿੱਥੋਂ ਲੱਗਾ ਜੀ ਇਹ ਮਾਤਾ ਜੀ ਨੂੰ ਕਥਾ ਸੁਣ ਕੇ ਰੰਗ ਲੱਗ ਗਿਆ ਜੀ ਕਥਾ ਸੁਣ ਕੇ ਰੰਗ ਲੱਗ ਗਿਆ ਐ ਸਾਰੰਗ ਲੱਗਾ ਮਹਾਰਾਜ ਦੇ ਦਰਸ਼ਨਾਂ ਦੀ ਐਸੀ ਪਿਆਸ ਜਾਗੀ ਅੰਤਮ ਸਮੇਂ ਦਰਸ਼ਨ ਕਰਦਿਆਂ ਕਰਦਿਆਂ ਸਰੀਰ ਛੱਡਿਆ ਜੀ ਹਾਂਜੀ ਜੈ ਜੈ ਕਰਤ ਸ਼ੋਰ ਮੁਰ ਆਇਸ ਮਾਤਾ ਜੀ ਦੀ ਜੈ ਜੈਕਾਰ ਕਰਦੇ ਹੋਏ ਸਾਰੇ ਮਾਤਾ ਜੀ ਨੂੰ ਸੱਚਖੰਡ ਵਿੱਚ ਛੱਡ ਕੇ ਆ ਗਏ ਜੀ ਹਾਂਜੀ ਉਤਮ ਮਹਿਮਾ ਤਿਸ ਕੀ ਗਾਇਸ ਬੜੀ ਮਤਾ ਭਾਗ ਭਰੀ ਦੀ ਦੀ ਮਹਿਮਾ ਗਾਉਂਦੇ ਧਾਨੈ ਮਤਾ ਭਾਗ ਭਰੀ ਜਿਨੇ ਗੁਰੂ ਦੇ ਦਰਸ਼ਨ ਕਰਕੇ ਅੰਤਮ ਸਮਾ ਸਫਲਾ ਕੀਤਾ ਤੇ ਸਤਖੰਡ ਚਲੇ ਗਈ ਦੀ ਹਾਂਜੀ ਅੰਤ ਕਾਲ ਨਾਰਾਇਣ ਸਿਮਰਐ ਸੇ ਚਿੰਤਾ ਮਹਿਜੇ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪੀਤਾੰਬਰ ਵਕੈ ਹਿਰਦ ਬਸ ਹਾਂਜੀ ਗੁਰ ਪਾਗ ਪੰਕਜ ਪ੍ਰੇਮ ਬਿਸਾਲਾ ਧੰਨ ਮਾਤਾ ਜੀ ਮਾਤਾ ਭਾਗ ਭਰੀ ਦੀ ਜਿਨ੍ਹਾਂ ਦਾ ਸਤ ਗੁਰੂ ਜੀ ਦੇ ਚਰਨਾਂ ਨਾਲ ਬਹੁਤਾ ਹੀ ਪ੍ਰੇਮ ਪੈਦਾ ਹੋ ਗਿਆ ਹਾਂ ਤਿਸਤੇ ਆਸਪਾਦ ਲਹਿ ਤਤ ਕਾਲਾ ਇਸ ਕਰਕੇ ਮਾਤਾ ਜੀ ਦੀ ਏਡੀ ਵੱਡੀ ਅਵਸਥਾ ਨੂੰ ਮਾਤਾ ਜੀ ਏਡੀ ਵੱਡੀ ਅਵਸਥਾ ਨੂੰ ਪ੍ਰਾਪਤ ਹੋਏ ਸਿੱਖਾਂ ਨੇ ਤਾਂ ਮਾਤਾ ਜੀ ਦੀ ਸਿਫਤ ਕਰਨੀ ਦੇਵਤੇ ਵੀ ਸਿਫਤ ਕਰਦੇ ਨੇ ਜੀ ਹਾਂ ਜੀ ਸੰਗਤ ਇਹ ਬਾਣੀ ਦਾ ਪ੍ਰਤਾਪ ਹੈ ਕੋਈ ਪਤਾ ਨਹੀਂ ਕਿਰੇ ਤੇ ਕਿਹੜੇ ਵੇਲੇ ਮੇਲ ਹੋ ਜਾਣੀ ਜੀ ਮੈਂ ਅੱਗੇ ਵੀ ਇੱਕ ਦਿਨ ਤੁਹਾਨੂੰ ਕਥਾ ਸੁਣਾਈ ਸੀ ਮਾਤਾ ਭਾਗ ਭਰੀ ਜੀ ਦੀ ਕਥਾ ਇਹੋ ਜੀ ਇਸ ਕਰਕੇ ਮੈਂ ਸੁਣਾ ਦੇਣਾ ਇਦਰੋਂ ਬਟਾਲੇ ਤੋਂ ਰਾਗੀ ਸਿੰਘ ਗਏ ਜੀ ਗੁਰਪੁਰਬ ਮਨਾਉਣ ਵਾਸਤੇ ਜੀ ਗੁਜਰਾਤ ਦੇ ਇਲਾਕੇ ਚੱਗੇ ਜਾ ਕੇ ਨਾ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਗੁਰਪੁਰਬ ਮਨਾਇਆ ਜੀ ਭਾਈ ਗੁਰਨਾਮ ਸਿੰਘ ਉਹਨਾਂ ਰਾਗੀ ਸਿੰਘ ਦਾ ਨਾਮ ਸੀ ਕੰਧ ਸਾਪ ਬਟਾਲੇ ਦੇ ਹਜੂਰੀ ਰਾਗੀ ਸਨ ਜੀ ਉਹ ਇੱਕ ਨਗਰ ਤੇ ਕਥਾ ਕਰ ਵਾਹਿਗੁਰੂ ਕੀਰਤਨ ਕਰਨ ਵਾਸਤੇ ਗਏ ਜੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਤੇ ਉੱਥੇ ਮਾਤਾ ਧੰਨਾ ਦੇ ਵੀ ਹੋਈ ਨਹੀਂ ਉੱਥੇ ਉਹਦੀ ਗਵੰਡਨ ਕੀਰਤਨ ਸੁਣਾਉਂਦੇ ਹੁੰਦੇ ਸੀ ਤੇ ਗਵੰਡਨ ਨੇ ਧੰਨਾ ਦੇ ਵੀ ਨੂੰ ਕਿਹਾ ਵੀ ਕੀਰਤਨ ਬੜਾ ਸੋਹਣਾ ਹੁੰਦਾ ਤੇ ਤੂੰ ਵੀ ਸੁਣਿਆ ਕਰ ਉਹ ਕੀਰਤਨ ਸੁਣਨ ਨਾਲ ਆ ਗਈ ਜੀ ਉਹਨੂੰ ਕੀਰਤਨ ਬੜਾ ਚੰਗਾ ਲੱਗਾ ਜੀ ਜਿਸ ਦਿਨ ਕੀਰਤਨ ਦਾ ਉਹਨਾਂ ਰਾਗੀ ਜੱਥਿਆਂ ਦਾ ਅੰਤਮ ਪ੍ਰੋਗਰਾਮ ਸੀ ਨਾ ਉਹ ਕਹਿਣ ਲੱਗੀ ਵੀ ਤੁਸੀਂ ਮੇਰੇ ਘਰ ਕੀਰਤਨ ਕਰੋ ਦਰਿਓ ਨੇ ਗੁਰਦੁਆਰਿਆਂ ਲੈ ਲਈ ਪ੍ਰਬੰਧਕ ਕਹਿੰਦੇ ਜਾਓ ਕਰ ਦਿਓ ਹੁਣ ਉਹਨੇ ਹਿੰਦੂ ਸੀਓ ਉਹਨੇ ਮੂਰਤੀਆਂ ਲਾਈਆਂ ਅੱਗੇ ਇੱਥੇ ਕੀਰਤਨ ਕਰੋ ਉਹਨਾਂ ਰਾਗੀ ਸਿੰਘਾਂ ਨੇ ਪ੍ਰੇਮ ਵੇਖਿਆ ਮਾਤਾ ਦਾ ਜੀ ਉਹਨਾਂ ਕੀਰਤਨ ਕੀਤਾ ਜੀ ਸ਼ੱਕਿਆ ਨਹੀਂ ਉਥੋਂ ਕੋਈ ਤੇ ਆਗੇ ਹਾਂਜੀ ਤੇ ਉਹਨਾਂ ਦੀ ਜਦੋਂ ਤੁਰਨ ਲੱਗੇ ਰਾਗੀ ਸਿੰਘ ਤੇ ਮਾਤਾ ਤੰਨਾ ਦੇ ਵੀ ਉਹਨਾਂ ਦੇ ਚਰਨ ਫੜ ਕੇ ਰੋਣ ਲੱਗ ਪਈ ਕਹਿੰਦੀ ਮੈਨੂੰ ਆਨੰਦ ਬੜਾ ਆਇਆ ਤੇ ਮੈਨੂੰ ਨਾਮਦਾਨ ਦੇ ਕੇ ਜਾਓ ਉਹ ਕਹਿੰਦੇ ਵੀ ਨਾਮਦਾਨ ਤੇ ਪੰਜ ਪਿਆਰੇ ਦਿੰਦੇ ਆ ਕਹਿੰਦੀ ਮੈਨੂੰ ਨਹੀਂ ਪਤਾ ਉਹਨਾਂ ਮੂਲ ਮੰਤਰ ਲਿਖਾਤਾ ਜੀ ਖੜਾ ਛਡਾਉਣ ਲਈ ਮੂਲ ਮੰਤਰ ਲਿਖਾਤਾ ਉਹਦੇ ਪੋਤਰੀ ਨੇ ਲਿਖ ਲਿਆ ਤੇ ਮਾਂ ਨੇ ਜ਼ੁਬਾਨੀ ਯਾਦ ਕਰ ਲਿਆ ਕਹਿੰਦੀ ਮੈਂ ਕਿੰਨੀਆਂ ਮਾਲਾ ਜਪਿਆ ਕਰਾਂ ਰਾਗੀ ਸਿੰਘ ਕਹਿੰਨੇ ਮੈਂ ਖੈੜਾ ਸ਼ਡਾਉਣ ਲਈ ਕਹਤਾ ਵੀ ਦਸਮਾਲਾ ਜਪਿਆ ਕਰ। 2.5 ਕ ਸਾਲ ਲੰਗੇ। ਉਹਨਾਂ ਰਾਗੀ ਸਿੰਘਾਂ ਨੂੰ ਫਿਰ ਉੱਥੇ ਸੱਦਿਆ ਜੀ। ਉਹ ਰਾਗੀ ਸਿੰਘ ਸੈਕਟਰੀ ਨੂੰ ਗੁਰਦੁਆਰੇ ਦੇ ਨੂੰ ਪੁੱਛਦੇ ਆ ਵੀ ਉਹ ਮਾਤਾ ਦਾ ਕੀ ਬਣਿਆ ਕਿੱਥੇ ਆ? ਕਹਿੰਦੇ ਵੀ ਜੋ ਉਸ ਮਾਤਾ ਨਾਲ ਕਿਰਪਾ ਵਰਤੀ ਇਹ ਤੁਸੀਂ ਉਹਦੇ ਮੂੰਹੋਂ ਸੁਣਨੀ ਹੈ ਕਿ ਸਾਡੇ ਮੂੰਹੋਂ ਸੁਣਨੀ ਹੈ। ਕਹਿੰਦੇ ਜੀ ਫਿਰ ਉਹਦੇ ਮੂੰਹਾਂ ਹੀ ਸੁਣ ਲੈਣੇ। ਜਦੋਂ ਉਹਦੇ ਮੂੰਹੋਂ ਸੁਣਨ ਵਾਸਤੇ ਗਏ ਉਹਦੇ ਘਰ 'ਚ ਗਏ ਤੇ ਪੁੱਤਰੀ ਉੱਤੇ ਬਨੇਰੇ ਤੇ ਸੀਗੀ ਜੀ ਉਹਨੇ ਵੇਖ ਲਿਆ ਉਹ ਹੀ ਰਾਗੀ ਆਏ ਹੈ ਕਹਿਣ ਲੱਗੀ ਆਪਣੀ ਦਾਦੀ ਨੂੰ ਆਵਾਜ਼ ਦੇ ਕੇ ਵੀ ਤੁਹਾਡੇ ਗੁਰੂ ਆਏ ਤੇ ਥੱਲੇ ਆਓ ਜੋ ਉਹਨਾਂ ਦੇ ਧਰਮ ਨਾਲ ਪ੍ਰੇਮ ਨਾਲ ਬੋਲ ਦਿੰਦੇ ਨੇ ਰਾਗੀ ਸਿੰਘ ਉਹਨਾਂ ਚਰਨ ਨੂੰ ਵੇੜੇ 'ਚ ਪਹੁੰਚੇ ਤੇ ਵੇੜੇ 'ਚ ਪੌੜੀਆਂ ਤੇ ਪੌੜੀਆਂ ਤੋਂ ਮਾਤਾ ਉਤਰਨਦਈ ਹੈ ਹਾਂਜੀ ਤੇ ਮਾਤਾ ਜੀ ਨੇ ਸ੍ਰੀ ਸਾਭ ਉਤਾਰਨ ਕੀਤਾ ਤੇ ਗੁਰੂ ਦੇ ਪ੍ਰੇਮ ਚ ਰੰਗੀ ਪਈ ਮਾਤਾ ਜੀ ਉਹ ਬੜੇ ਹੈਰਾਨ ਹੋਏ ਬੀਹੜਾ ਤੇ ਪਰਿਵਾਰ ਹੀ ਸਾਰਾ Hindu ਐ ਇਹਨੇ ਅੰਮ੍ਰਿਤ ਛਕ ਲਿਆ ਕਹਿੰਦੇ ਮਾਤਾ ਅੰਮ੍ਰਿਤ ਕਿਵੇਂ ਛਕਿਆ ਕਹਿੰਦੀ ਇਹ ਗੱਲਾਂ ਬਾਅਦ ਚ ਪਹਿਲਾਂ ਮੇਰੇ ਘਰੋਂ ਕੁਝ ਛਕੋ ਹੁਣ ਮੈਂ ਤੁਹਾਡੇ ਨਾਲ ਦੀ ਹੋਗੀ ਕਹਿੰਦੀ ਮੇਰੇ ਹੱਥੋਂ ਪਹਿਲਾਂ ਕੁਝ ਛਕੋ ਚਲੋ ਜਲ ਪਾਣੀ ਛਕਾਇਆ ਤੇ ਫਿਰ ਉਹਨੇ ਦੱਸਿਆ ਕਹਿੰਦੇ ਵੀ ਤੁਸੀਂ ਮੈਨੂੰ ਜਿਹੜਾ ਮੂਲ ਮੰਤਰ ਲਿਖ ਕੇ ਦੇ ਕੇ ਗਏ ਮੈਂ ਰੋਜ਼ ਪੜ੍ਹਦੀ ਹੁੰਦੀ ਸੀ ਮੈਂ ਵਿਸ਼ਨੂ ਜੀ ਦੇ ਨਾਮ ਦੀ ਮਾਲਾ ਫੇਰਦੀ ਹੁੰਦੀ ਸੀ ਉਹ ਵੀ ਫੇਰਨੀ ਤੇ ਮੂਲ ਮੰਤਰ ਵੀ ਜਪਣਾ 10 ਮਾਲਾ ਰੋਜ਼ ਦੀਆਂ ਜਪਣਾ ਮੂਲ ਮੰਤਰ ਦਾ ਰਸ ਮੈਨੂੰ ਇੰਨਾ ਜ਼ਿਆਦਾ ਬਣ ਗਿਆ ਵੀ ਕੰਧਾਂ ਦੇ ਵਿੱਚੋਂ ਵੀ ਰਸ ਚੁੰਦਾ ਹੋਇਆ ਮੈਨੂੰ ਨਜ਼ਰ ਆਉਣ ਲੱਗ ਪਿਆ ਜੀ ਪਰ ਅਸੇ ਨਾਲ ਆ ਗਿਆ ਸਾਲ ਪਹਿਲਾਂ ਮੇਰੀ ਮੌਤ ਹੋ ਗਈ ਸੀ ਕਹਿਣ ਲੱਗੇ ਮੈਨੂੰ ਵਿਬਾਨ ਦੇ ਵਿੱਚ ਲੈ ਕੇ ਜਾ ਰਹੇ ਸੀਗੇ ਮੈਨੂੰ ਵਿਸ਼ਨੂੰ ਜੀ ਦੀ ਪੂਰੀ ਲੱਗੇ ਜਦੋਂ ਮੈਂ ਉੱਥੇ ਪਹੁੰਚੀ ਮੇਰਾ ਜੀਨ ਹੀ ਲੱਗਿਆ ਮੈਂ ਕਿਹਾ ਮੈਨੂੰ ਉੱਥੇ ਲੈ ਕੇ ਜਾਓ ਜਿੱਥੇ ਕੀਰਤਨ ਹੁੰਦਾ ਹੈ ਕਹਿੰਦੀ ਲੱਗੇ ਮਾਰੋ ਜਿਹੜੇ ਲੈ ਕੇ ਜਾਣ ਵਾਲੇ ਸੀ ਨਾ ਪਰਸੇ ਜਿਹਨਾਂ ਫੜੇ ਉਹ ਕਹਿੰਦੇ ਮਾਤਾ ਸਾਨੂੰ ਅੰਦਰ ਜਾਣ ਦਾ ਹੁਕਮ ਨਹੀਂ ਹੈਗਾ ਤੂੰ ਚੱਲ ਜਾ ਕਹਿੰਦੀ ਮੈਂ ਚਲੇਗੀ ਅੰਦਰ ਮੈਂ ਵੀ ਪਿੱਛੇ ਜਾ ਕੇ ਬਹਿ ਗਈ ਕੀਰਤਨ ਹੋ ਰਿਹਾ ਸੀ ਕੀਰਤਨ ਦਾ ਭੋਗ ਪਿਆ ਦੋ ਨਿਹੰਗ ਸਿੰਘ ਮੈਨੂੰ ਅੱਗੇ ਲੈ ਗਏ ਕਹਿੰਦੇ ਉੱਥੇ ਦਸਵੇਂ ਪਾਤਸ਼ਾਹ ਬੈਠੇ ਸੀਗੇ ਹਾਂਜੀ ਉਹ ਨਿਹੰਗ ਸਿੰਘ ਕਹਿੰਦੇ ਜੀ ਇਹਨੇ ਅਮਰਤ ਨਹੀਂ ਛਕਿਆ ਇੱਥੇ ਕਿਵੇਂ ਪਹੁੰਚ ਗਈ ਮਾਰਰ ਕਹਿੰਦੇ ਨੇ ਮੂਲ ਮੰਤਰ ਦਾ ਜਾਪ ਕੀਤਾ ਬੜਾ ਇਹ ਤਾਂ ਪਹੁੰਚ ਗਈ ਮੋਲ ਮੰਤਰ ਦੀ ਦੇ ਪ੍ਰਤਾਪ ਨਾਲ ਪਹੁੰਚ ਗਈ ਮਹਾਰਾਜ ਕਹਿੰਦੇ ਵੀ ਮਾਤਾ ਜੀ ਤੇਰਾ ਸ੍ਰੀ ਰੋਮੇ ਪਿਆ ਇੱਥੇ ਤੈਨੂੰ ਜਗ੍ਹਾ ਮਿਲੇਗੀ ਜਾ ਤੈਨ ਸਾਲਾਂ ਲਈ ਤੇਰੀ ਉਮਰ ਵਧਾ ਦਿੱਤੀ ਅਮਰਤ ਸ਼ਕਲਾ ਤੇ ਮੋੜ ਆ ਜਾਈਂ ਇੱਥੇ ਹੀ ਜਗ੍ਹਾ ਦੇ ਦੇਵਾਂਗੇ ਹਾਂਜੀ ਕਹਿੰਦੀ ਮੈਂ ਉੱਠਦਿਆਂ ਸਾਰੀ ਜਦੋਂ ਮੈਂ ਉੱਠੀ ਇਹ ਤਾਂ ਤਿਆਰੀਆਂ ਦੇ ਇਹ ਪਾ ਜੇ ਮੇਰੇ ਤਾਂ ਦੂਰ ਹੋਗੇ ਵੀ ਮਾਤਾ ਪੁੱਤ ਨਹੀਂ ਹੈ ਉੱਠ ਪਈ ਮੈਂ ਉੱਠਦਿਆਂ ਸਾਰ ਕੇ ਆ ਵੀ ਮੈਨੂੰ ਅੰਮ੍ਰਿਤ ਸ਼ਕਾਓ ਫਿਰ ਮੈਂ ਅੰਮ੍ਰਿਤ ਸ਼ਕਿਆ ਹੁਣ ਮੈਂ ਮੂਲ ਮੰਤਰ ਦਾ ਜਾਪ ਜਪਦੀ ਆ ਐਨੀ ਤਰੀਕ ਨੂੰ ਮੇਰੀ ਮੌਤ ਹੋਣੀ ਹੈ ਮੈਨੂੰ ਕਿਹਾ ਉਹਨਾਂ ਤਿੰਨ ਸਾਲ ਕਹਿੰਦੀ ਮੈਂ ਦਰਸ਼ਨ ਕਰਕੇ ਆਈ ਆ ਐਨੀ ਤਰੀਕ ਨੂੰ ਮੇਰੀ ਮੌਤ ਹੋਣੀ ਆ ਇਹਨੇ ਤ੍ਰੇਕ ਨੂੰ ਦਸਵੇਂ ਤੇ ਭੋਗ ਪਏਗਾ ਮੇਰੇ ਭੋਗ ਤੇ ਕੀਰਤਨ ਤੂੰ ਹੀ ਕਰਨਾ ਜੇ ਜਿੰਨਾ ਤੇ ਰੱਬ ਦੀ ਮਿਹਰ ਹੋ ਜਾਵੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਇਸ ਕਰਕੇ ਸੰਗਤ ਦੀਏ ਕੋਈ ਨਹੀਂ ਪਤਾ ਕਿਹਦੇ ਤੇ ਮਿਹਰ ਆਉਣੀ ਜੀ ਉਹਨੇ ਕੀਰਤਨ ਸੁਣਿਆ ਮਾਤਾ ਧੰਨਾ ਦੇਵੀ ਨੇ ਤੇ ਉਰੇ ਤੇ ਰੱਬ ਦੀ ਮਿਹਰ ਹੋ ਗਈ ਜੀ ਧਨ ਧਨ ਮਾਤਾ ਭਾਗ ਭਰੀ ਦੀ ਨੇ ਕਥਾ ਸੁਣੀ ਜੀ ਕਥਾ ਸੁਣ ਕੇ ਮੇਰੇ ਵੀ ਦੇਵਤੇ ਵੀ ਜੱਜਾਕਾਰ ਮਾਤਾ ਜੀ ਦਾ ਕਰਨ ਦਾ ਇਹ ਸੀ ਹਾਂਜੀ ਤਾਪ ਜਪ ਦਾਨ ਜਾਗ ਨਹਿ ਕੀਨਾ ਹੁਣ ਕੋਈ ਮਾਤਾ ਜੀ ਨੇ ਤਪ ਨਹੀਂ ਕੀਤਾ ਕੋਈ ਜਪ ਨਹੀਂ ਕੀਤਾ ਕੋਈ ਦਾਨ ਨਹੀਂ ਕੀਤਾ ਕੋਈ ਜਾਗ ਨਹੀਂ ਕੀਤਾ ਹਾਂਜੀ ਗੁਰੂ ਪ੍ਰੇਮ ਤੇ ਸੁਭਗਤ ਲੀਨਾ ਕੀ ਕੀਤਾ ਜੀ ਪ੍ਰੇਮ ਕੀਤਾ ਜੀ ਸਾਤ ਕਹੋ ਸੁਣ ਲੇ ਹੋ ਸਭ ਜਿਨ ਕਿਓ ਤੈ ਨਹੀਂ ਪ੍ਰਭ ਪਾਇਓ ਪ੍ਰੇਮ ਕੀਤਾ ਜੀ ਹਾਂਜੀ ਤੇ ਗੁਰੂ ਪਗਤ ਗੁਰੂ ਪ੍ਰੇਮ ਤੇ ਸ਼ੁਭ ਗਤ ਲੈਣਾ ਸ਼ੁਭ ਗਤੀ ਮਿਲੀ ਮਾਤਾ ਜੀ ਨੂੰ ਦੀ ਹਾਂਜੀ ਕਲਮ ਹੈ ਮਾਨਵ ਅਸ ਸ੍ਰੀ ਗੁਰ ਕੋ ਸੇਵਹਿ ਜੇ ਨਾ ਪ੍ਰੇਮ ਕਰ ਉਰ ਕੋ ਕਹਿਣ ਲੱਗੇ ਐਸੇ ਸਤਿਗੁਰੂ ਜੀ ਨੂੰ ਜੇ ਕੋਈ ਪ੍ਰੇਮ ਨਾ ਨਾ ਯਾਦ ਕਰੇ ਮਨੁੱਖਾ ਸਰੀਰ ਮਿਲਿਆ ਹੋਵੇ ਤੇ ਗੁਰੂ ਜੀ ਨਾਲ ਪ੍ਰੇਮ ਨਾ ਕਰੇ ਹਾਂਜੀ ਭਾਗ ਹੀਨ ਤਿੰਨ ਤੇ ਕੋ ਪਰ ਕਹਿਣ ਲੱਗੇ ਫਿਰ ਭਾਗ ਹੀ ਨਹੀਂ ਹੋਏ ਨਾ ਫਿਰ ਕਿਸਮਤ ਹੀ ਮਾੜੀ ਹੋਈ ਨਾ ਉਹਨਾਂ ਦੀ ਹਾਂਜੀ ਆਸ ਸੁਖੇਨ ਜੇ ਕਾਜ ਨਾ ਕਰੈ ਐਨਾ ਸੌਖਾ ਕੰਮ ਨਹੀਂ ਕਰ ਪਾਇਆ ਨਹੀਂ ਪ੍ਰੇਮ ਹੀ ਨਾ ਕਰ ਪਾਇਆ ਗੁਰੂ ਜੀ ਨੂੰ ਹਾਂਜੀ ਬਾਡ ਪੁੰਨ ਕੋ ਜੇ ਫਲ ਹੋਈ ਜੇ ਕੀਤੇ ਹੋਏ ਪੁੰਨ ਚੇਤਾ ਰੱਖਿਓ ਪੁੰਨਾਂ ਦਾ ਫਲ ਲੱਗਦਾ ਤੇ ਪੁੰਨ ਵੀ ਹੁੰਦੇ ਤੇ ਪਾਪ ਵੀ ਹੁੰਦੇ ਨੇ ਆਖੋ ਵਾਹਿਗੁਰੂ ਵਾਹਿਗੁਰੂ ਤੁਸੀਂ ਕਥਾ ਸੁਣ ਰਹੇ ਤੇ ਨਾ ਤੁਹਾਨੂੰ ਤੁਹਾਡੇ ਪੁੰਨ ਵਧ ਰਹੇ ਜੀ ਕੋਟ ਪੁੰਨ ਸੁਣ ਹਰ ਕੀ ਪਾਣੀ ਕਲਮ ਹੈ ਇਹੋ ਪੁੰਨ ਗੁਣ गोविंद ਗਾਹੇ ਪਾਣੀ ਪਿਉਣਾ ਪੁੰਨ ਹੈ ਹਾਂਜੀ ਪ੍ਰਸ਼ਾਦਾ ਛਕਾਉਣਾ ਪੁੰਨ ਹੈ ਬਸਤਰ ਦਿਓ ਕਿ ਪੁੰਨ ਹੈ ਇਥੋਂ ਤੱਕ ਕਿਸੇ ਨਾਲ ਮਿੱਠਾ ਬੋਲਰ ਹੋਏ ਵੀ ਪੁੰਨ ਨਹੀਂ ਹੈ ਹਾਂਜੀ ਇਹ ਫਿਰ ਜਦੋਂ ਵੱਧ ਜਾਂਦੇ ਆ ਇਹਨਾਂ ਪੁੰਨਾਂ ਦਾ ਫਲ ਮਿਲਦਾ ਹਾਂਜੀ ਤਾਉ ਅਸ ਸਤਗੁਰ ਪ੍ਰਾਪਤ ਹੋਈ ਫਿਰ ਜਾ ਕੇ ਗੁਰੂ ਸਾਹਿਬ ਮਿਲਦੇ ਨੇ ਜੀ ऐसे गुरुजी मिलदे उंद नहीं मिलदे और जिन्ना ਵਿਚਾਰਿਆਂ ਦੇ ਪੁੰਨ ਨਹੀਂ ਹੈਗੇ ਉਹ ਧਰਮ ਹੀ ਛੱਡੀ ਜਾਂਦੇ ਨੇ ਜੀ ਉਤਾਰੇ ਲਈ ਫਿਰਦੇ ਆਪਣੇ ਘਰਾਂ ਦੇ ਬਾਹਰ ਦੀ ਪੁੰਨ ਨਹੀਂ ਨਹਿਗੇ ਦੀ ਤਾਂ ਜੀ ਹਾਂਜੀ ਦੂਰ ਉਲੰਘੇ ਵਿਖਮ ਪਹਾੜ ਵੇਖੋ ਮਾਤਾ ਜੀ ਦੇ ਪ੍ਰੇਮ ਕਰਕੇ ਗੁਰੂ ਜੀ ਔਖੇ ਔਖੇ ਪਹਾੜ ਲੰਘ ਕੇ ਦੂਰੋਂ ਅੰਮ੍ਰਿਤ ਸਰੋਂ ਚੱਲ ਕੇ ਕਸ਼ਮੀਰ ਆਏ ਜੀ ਹਾਂਜੀ ਦੇਨਸ ਦਰਸ਼ਨ ਸਦਨ ਸਦਨ ਮਜਾ ਤੇ ਮਾਤਾ ਜੀ ਨੂੰ ਘਰ ਬੈਠਿਆਂ ਨੂੰ ਦਰਸ਼ਨ ਦਿੱਤੇ ਜੀ ਮਾਤਾ ਜੀ ਨੇ ਚੱਲ ਕੇ ਗਏ ਜੀ ਗੁਰੂ ਜੀ ਚੱਲ ਕੇ ਮਾਤਾ ਜੀ ਦੇ ਕੋਲ ਆਏ ਜੀ ਹਾਂਜੀ ਨਿਜ ਹਜ਼ੂਰ ਹੋਏ ਤਾਂ ਤਜਵਾਏ ਤੇ ਆਪਣੀ ਹਜ਼ੂਰੀ ਵੇ ਤਨ ਸਰੀਰ ਛਡਵਾਇਆ ਮਾਤਾ ਜੀ ਨੇ ਜੀ ਹਾਂਜੀ ਅਚਲ ਲੋਤਮ ਪਦ ਦਈ ਪੋਚਾਏ ਤੇ ਸਾਧ ਸੰਗਤ ਦੀ ਅਚਲ ਉਤਮ ਬਹੁਤੀ ਵੱਡੇ ਪਦਵੀ ਤੇ ਮਾਤਾ ਜੀ ਨੂੰ ਪਛਾਣ ਦਿੱਤਾ ਉੱਤਮ ਪਦਵੀ ਮਹਾਰਾਜ ਨੇ ਮਾਤਾ ਜੀ ਨੂੰ ਬਖਸ਼ ਦਿੱਤੀ ਜੀ ਹਾਂਜੀ ਆਸ ਕਿਰਪਾਲ ਗੁਰ ਪ੍ਰਭੂ ਬਿਸਾਲ ਹਾ ਲਈ ਸਿਮਰਹੁ ਮਨ ਤਜ ਅਪਰ ਜੰਜਾਲ ਵਾਹਿ ਦੀਵਾ ਆਖ ਵਾਹਿਗੁਰੂ ਵਾਹਿਗੁਰੂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਏਡੇ ਵੱਡੇ ਗੁਰੂ ਜੀ ਇੰਨੇ ਵੱਡੇ ਗੁਰੂ ਜੀ ਇੰਨੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਤੇ ਐਸੇ ਗੁਰੂ ਜੀ ਨੂੰ ਸਾਰੇ ਕੰਮ ਤੰਦੇ ਜੰਜਾਲ ਛੱਡ ਕੇ 체ਤੇ ਕਰਿਆ ਕਰੋ। ਭਾਵੇਂ ਥੋੜਾ ਹੀ ਸਮਾਂ ਕਰੋ। ਹਾਂਜੀ। ਵਾਹਿਗੁਰੂ ਵਾਹਿਗੁਰੂ ਪੂਰੇ ਗੁਰ ਕਾ ਸੋਨੁ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ। ਹਾਂਜੀ ਮਨ ਅੰਤਰ ਕੀ ਉਤਰੈ ਜਨ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਤੂਰ ਮਨ ਮੰਗ ਆਪ ਛੋਡ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰ ਹਰ ਧਰ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਨਮਸਕਾਰ ਕਰਿਆ ਕਰੋ ਹਾਂਜੀ ਕਰਹੁ ਆਰਾਧਨ ਪ੍ਰੇਮੀ ਹੋਏ ਪ੍ਰੇਮ ਨਾਲ ਚਿਤ ਕਰਿਆ ਕਰੋ ਸੱਚੇ ਪਾਤਸ਼ਾਹ ਨੂੰ ਪ੍ਰੇਮੀ ਹੋ ਕੇ ਫਾਰਮੈਲਟੀ ਨਹੀਂ ਰੁੱਖਾਪਨ ਨਹੀਂ ਵਿਵਾਗੁਰੂ ਵਾਗੁਰੂ ਕਰਨਾ ਹੀ ਪੈਣਾ ਭਾਈ ਨੇ ਮਗਰ ਮਗਰ ਬੁਲਾਉਣਾ ਬੋਲਣਾ ਹੀ ਪੈਣਾ ਨਹੀਂ ਪ੍ਰੇਮ ਨਾਲ ਪ੍ਰੇਮ ਨਾਲ ਅਰਾਧਿਆ ਕਰੋ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਹਾਂਜੀ ਜਿਵਤ ਨਹਿ ਬਿਸਰਾਵ ਹੋ ਸੋਏ ਜਿੰਨਾ ਚਿਰ ਤੱਕ ਜਿਉਂਦੇ ਉਹਨਾਂ ਚਿਰ ਤੱਕ ਲੱਗੇ ਹੀ ਰਹਿਣਾ ਜੀ 40 ਦਿਨਾਂ ਵਾਲਾ ਕੰਮ ਨਹੀਂ 40 ਦਿਨ ਬਾਬਾ ਜਾਪ ਕਰ ਲਿਆ ਕਈ ਕਹਿੰਦੇ ਆ ਅਮਰਤ ਸ਼ੱਕ ਕੇ 40 ਦਿਨ ਰਹਿਤ ਰੱਖ ਲਈਦੀ ਹੈ ਨਹੀਂ ਸੰਗਤ ਦੀ ਜਿੰਨਾ ਚਿਰ ਤੱਕ ਸਰੀਰ ਹੈ ਬਸ ਜਪੀ ਜਾਣਾ ਵਾਹਿਗੁਰੂ 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 ਯਾਦ ਕਰੀ ਰੱਖਣਾ ਗੁਰੂ ਜੀ ਨੂੰ ਇਸ ਪ੍ਰਕਾਰ ਸਤਗੁਰ ਤਹ ਬਾਸੇ ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਕਸ਼ਮੀਰ ਵਿੱਚ ਰਹੇ ਦੀ ਹਾਂਜੀ ਸਿੱਖਨ ਕੇ ਕਰ ਕਾਰਜ ਰਾਸੇ ਮਹਾਰਾਜ ਨੇ ਸਿੱਖਾਂ ਦੇ ਕਾਰਜ ਰਾਸ ਕੀਤੇ ਨੇ ਹਾਂਜੀ ਬਹੁ ਦਾਸਨ ਕੇ ਕਰਿਓ ਪ੍ਰਕਾਸ਼ੂ ਬੜੇ ਦਾਸਾਂ ਦੇ ਅੰਦਰ ਨਾਮ ਦਾ ਪ੍ਰਕਾਸ਼ ਵੀ ਮੇਰੇ ਸਤਗੁਰੂ ਜੀ ਨੇ ਕੀਤਾ ਹਾਂਜੀ ਸੰਸੇ ਜੋਤ ਅਗਿਆਨ ਬਿਨਾਸੂ ਤੇ ਸੰਸੇ ਜਿਨ੍ਹਾਂ ਦੇ ਮਨ ਚ ਸੰਸੇ ਸੀਗੇ ਉਹਨਾਂ ਦੇ ਸੰਸੇ ਵੀ ਦੂਰ ਕੀਤੇ ਸਹਸਾਹ ਜਿਓ ਸਹਸਾਹ ਜਿਓ ਮਲੀਨ ਹੈ ਹਾਂਜੀ ਗੁਰੂ ਮਹਾਰਾਜ ਦੱਸਦੇ ਆ ਵੀ ਸਹਸਿਆਂ ਨਾਲ ਹਿਰਦਾ ਮਲੀਨ ਹੋ ਜਾਂਦਾ ਜੀ ਸਹਸਾਹ ਕੀ ਅਸ਼ੰਕੇ ਜੀ ਸੋਚਾਂ ਸੋਚੀ ਜਾਣੀਆਂ ਸੋਚੀ ਜਾਣੀਆਂ ਮਾੜੀਆਂ ਸੋਚਾਂ ਹਿਰਦਾ ਮਲੀਨ ਹੋ ਜਾਂਦਾ ਜੀ ਹਾਂਜੀ ਇਹੋ ਜਿਹੇ ਬੰਦੇ ਜਨਮ ਨੂੰ ਜੂਏ 'ਚ ਹਾਰ ਜਾਂਦੇ ਨੇ ਜੀ ਸਹਸਾ ਜਿਉ ਮਲੀਨ ਹੈ ਮਾਰਾ ਨੇ ਉਹ ਹਿਰਦੇ ਸਾਫ ਸੁਥਰੇ ਕਰ ਦਿੱਤੇ ਸ਼੍ਰੀ ਮੁਖਤੇ ਆਗਿਆ ਤਬ ਕਰੀ ਗੁਰੂ ਸਾਹਿਬ ਨੇ ਫਿਰ ਆਗਿਆ ਕੀਤੀ ਦੀ ਇੱਕ ਦਾਮਾ ਹਾਂਜੀ ਸੇਵਾਦਾਰ ਆਏ ਤਿਸ ਘਰੀ ਮਹਾਰਾਜ ਸੱਚੇ ਪਾਤਸ਼ਾਹ ਸੇਵਾਦਾਰ ਆਏ ਤਿਸ ਘਰੀ ਹਾਂਜੀ ਅੱਗੇ ਪੜੋ ਸਤ ਸੰਗਤ ਕੋ ਦੇਹੋ ਆਹਾਰਾ ਹਾਂਜੀ ਭੋਜਨ ਰਚੋ ਅਨੇਕ ਪ੍ਰਕਾਰਾ ਇੱਥੇ ਪਾਠ ਚਲ ਸੇਵਾਦਾਸ ਹੋਏਗਾ ਮਹਾਰਾਜ ਕਹਿੰਦੇ ਸੇਵਾਦਾਸ ਆਓ ਸਾਡੇ ਕੋਲ ਆਓ ਸੰਗਤ ਨੂੰ ਪ੍ਰਸ਼ਾਦਾ ਛਕਾਓ ਤੈ ਇਸ ਤਰ੍ਹਾਂ ਦਾ ਭੋਜਨ ਪ੍ਰਸ਼ਾਦਾ ਛਕਾਇਆ ਕਰੋ ਲੰਗਰ ਛਕਾਓ ਮਹਾਰਾਜ ਕਹਿੰਦੇ ਹਾਂਜੀ ਤਤਸ਼ੈਨ ਸਭ ਵਸਤੂ ਅਨਵਾਏ ਸੇਵਾ ਦਾਸ ਜੀ ਨੇ ਫਿਰ ਸਾਰੀਆਂ ਵਸਤੂਆਂ ਮੰਗਵਾਈਆਂ ਮਾਤਾ ਜੀ ਦੇ ਨਮਿਤ ਲੰਗਰ ਨੂੰ ਕਰਨਾ ਹੈਗਾ ਹਾਂਜੀ ਸੇਵਾ ਦਾਸ ਕਰੀ ਸਮੁਦਾਏ ਸੇਵਾ ਦਾਸ ਜੀ ਨੇ ਬੜੇ ਪਿਆਰ ਨਾਲ ਫਿਰ ਸੰਗਤ ਨੂੰ ਲੰਗਰ ਸ਼ਕਾਇਆ ਜਗ ਕਰਿਓ ਸੰਗਤ ਮੁਖ ਪਾਇਓ ਜਗ ਕੀਤਾ ਜਗ ਦੀ ਅੰਤ ਮਰਜ਼ਾਸ ਤੇ ਲੰਗਰ ਨਹੀਂ ਕਰਦੇ ਹੁੰਦੇ ਜੀ ਉਹ ਜਗ ਕੀਤਾ ਜੀ ਲੰਗਰ ਲਾਇਆ ਜੀ ਹਾਂਜੀ ਜਿਸ ਜਸ ਚਾਹੇ ਉਹ ਸੋ ਤਸ ਤਿਸ ਖਾਇਓ ਬੜੇ ਹੀ ਪਿਆਰ ਨਾਲ ਸੰਗਤਾਂ ਨੂੰ ਲੰਗਰ ਸ਼ਿਕਾਇਆ ਇਹ ਵੀ ਮਰਿਆਦਾ ਸਾਧ ਸੰਗਤ ਦੀ ਹਾਂਜੀ ਦੇਖ ਪਰਸਾਨ ਭਏ ਗੁਰਦੇਵ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਬੜੇ ਪਰਸੰਨ ਹੋਏ ਦੀ ਹਾਂਜੀ ਸੇਵਾ ਦਾਸ ਲਾਇ ਨ ਜਸੇਵ ਤੇ ਸੇਵਾ ਦਾਸ ਨੂੰ ਆਪਣੀ ਸੇਵਾ ਚ ਲਾ ਲਿਆ ਫਿਰ ਮਹਾਰਾਜ ਨੇ ਦੀ ਵਖਲੋ ਸੇਵਾ ਦਾਸ ਦੇ ਨੇ ਨੰਬਰ ਬਣੇ ਮਾਤਾ ਜੀ ਦੀ ਭਗਤੀ ਕਰਕੇ ਜੀ ਸੇਵਾ ਦਾਸ ਤੇ ਮਾਣ ਨੂੰ ਕਹਿੰਦਾ ਛੱਡ ਖਹਿੜਾ ਮਾਰਨੇ ਨਹੀਂ ਆਉਣਾ ਪਰ ਮਹਾਰਾਜ ਆ ਗਏ ਜੀ ਹਾਂਜੀ ਕਰੇ ਉਹ ਮਸੰਦ ਦੇਸ ਤਿਸ ਕੇਰਾ ਮਹਾਰਾਜ ਨੇ ਫਿਰ ਭਾਈ ਸੇਵਾ ਦਾਸ ਨੂੰ ਕਸ਼ਮੀਰ ਦੀਆਂ ਸੰਗਤਾਂ ਦਾ ਮੁਖੀ ਬਣਾ ਦਿੱਤਾ ਜੀ ਵੀ ਪੱਗ ਬੰਨ ਦਿੱਤੀ ਵੀ ਤੂੰ ਇਸ ਇਲਾਕੇ ਦਾ ਮਸੰਦ ਹੈ ਭਾਈ ਹਾਂਜੀ ਗੁਰੂ ਦਰਬ ਸੰਚਾ ਸੋ ਕਨੇਰਾ ਸੋ ਗੁਰੂ ਸਾਹਿਬ ਦੀ ਜਿੰਨੀ ਮਾਇਆ ਉਹ ਕੋਲ ਰੱਖਣੀ ਹੈ ਇਕੱਠੀ ਕਰਕੇ ਫਿਰ ਸਾਡੇ ਕੋਲ ਆ ਕੇ ਆਉਣੀ ਹੈ ਹਾਂਜੀ ਦੇਗ ਚਲਾਵਨ ਲਾਗਿਓ ਤਹਾਂ ਤੇ ਸੇਵਾ ਦਾਸ ਜੀ ਨੇ ਫਿਰ ਕਸ਼ਮੀਰ ਚ ਦਿਨ ਰਾਤ ਲੰਗਰ ਲਾਇਆ ਜੀ ਹਾਂਜੀ ਧਰਮ ਮਸਾਲ ਰਚ ਸੰਗਤ ਮਹਾ ਜਿੱਥੇ ਧਰਮ ਸ਼ਾਲਾ ਸੀ ਉਥੇ ਹੋਰ ਧਰਮ ਸ਼ਾਲਾ ਵੱਡੀ ਕਰਕੇ ਸਵੇਰੇ ਸ਼ਾਮ ਕਥਾ ਕੀਰਤਨ ਬਾਣੀ ਲੰਗਰ ਇੱਕ ਹੋਰ ਸ਼ੁਰੂ ਕਰ ਦਿੱਤਾ ਅਪਰ ਜਿਤਕ ਧਨ ਸੰਚੈ ਹੋਵੇ ਹੋਰ ਜਿੰਨੀ ਵੀ ਮਾਇਆ ਸੇਵਾ ਦਾਸ ਦੀ ਨੂੰ ਇਕੱਠੀ ਹੋਣੀ ਸਤਗੁਰ ਢਿਗ ਪਹੁੰਚਾਵੇ ਸੋਏ ਸਤਗੁਰੂ ਜੀ ਦੇ ਕੋਲ ਪਹੁੰਚਾ ਦੇਣੀ ਜੀ ਹਾਂਜੀ ਇਸ ਬੇਦਕੋ ਮਸੰਦ ਕਰ ਪਾਰੀ ਇਸ ਤਰੀਕੇ ਨਾਲ ਧਨ ਤਨ ਮਾਤਾ ਜੀ ਮਾਤਾ ਭਾਗ ਭਰੀ ਜੀ ਦੇ ਪੁੱਤਰ ਸੇਵਾ ਦਾਸ ਨੂੰ ਮਹਾਰਾ ਨੇ ਵੱਡਾ ਮਸੰਦ ਬਣਾ ਦਿੱਤਾ ਸ਼੍ਰੀ ਹਰ ਗੋਵਿੰਦ ਕੀ ਨਸ ਤਿਆਰੀ ਆਪ ਗੁਰੂ ਹਰਗੋਬਿੰਦ ਸਾਹਿਬ ਫਿਰ ਕਸ਼ਮੀਰ ਤੋਂ ਤਿਆਰੀ ਕੀਤੀ ਅੰਮ੍ਰਿਤਸਰ ਆਉਣ ਦੀ ਚਲਿਓ ਚਹੈ ਨਿਜ ਦੇਸ਼ ਮਝਾਰਾ ਬਲੀ ਬੇ ਬਲੀ ਵਿਸਾਲ ਪ੍ਰਤਾਪ ਓਦਾਰਾ ਸੱਚੇ ਪਾਤਸ਼ਾਹ ਮਹਾਰਾਜ ਵੱਡੇ ਬਲੀ ਪ੍ਰਤਾਪੀ ਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਫਿਰ ਅੰਮ੍ਰਿਤਸਰ ਆਉਣ ਦੀ ਤਿਆਰੀ ਕਰਦੇ ਆ ਇਸ ਤਰੀਕੇ ਨਾਲ ਸਾ ਸੰਗਤ ਦੀ ਮਾਤਾ ਜੀ ਨੇ ਸਰੀਰ त्यागਿਆ ਤੇ ਸਰੀਰ त्याग ਕੇ ਸਤਖੰਡ ਵਿੱਚ ਮਾਤਾ ਜੀ ਪਹੁੰਚੇ ਸਤਖੰਡ ਵਿੱਚ ਜੀ ਮਾਤਾ ਜੀ ਨੇ ਬੜੀ ਖੁਸ਼ੀ-ਖੁਸ਼ੀ ਸਰੀਰ त्यागਿਆ ਜੀ ਕਿਉਂ ਜਿਹਦੇ ਸਾਹਮਣੇ ਗੁਰੂ ਆ ਗੋਬਿੰਦ ਸਾਹਿਬ ਹੋਣ ਉਹਨੇ ਤਾਂ ਖੁਸ਼ੀ ਨਾਲ ਹੀ ਸਰੀਰ त्याਗਣਾ ਦੀ ਤੋ ਦਿਨਾਂ ਦੇ ਵੱਡੇ ਭਾਗ ਹੋਣ ਉਹਨਾਂ ਨੂੰ ਐਸਾ ਸਬੱਬ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਮੇਰ ਕਰਨ ਆਹ ਪੰਕਤੀ ਪੜੀਏ ਸਾਰੀ ਸੰਗਤ ਗੱਜ ਕੇ ਜੋ ਮਾਤਾ ਜੀ ਦੀ ਅਵਸਥਾ ਜਨ ਦਾ ਅਰਥ ਹੁੰਦਾ ਸੇਵਕ ਪ੍ਰਭ ਕਾ ਕੀਆ ਜਨ ਮਿੱਠ ਲਗਾ ਸੇਵਕ ਰੱਬ ਦੇ ਰੱਬ ਦੇ ਕੀਤੇ ਨੂੰ ਮਿੱਠਾ ਮੰਨਦੇ ਆ ਜੀ ਦੂਜੇ ਨਹੀਂ ਸੇਵਕ ਬਾਕੀ ਤੇ ਲਾਮਾ ਦਿੰਦੇ ਜੀ ਸਵਾਉ ਬੜੇ ਪਿਆਰ ਨਾਲ ਪ੍ਰਭ ਕਾ ਕੀਆ ਪ੍ਰਭ ਕਾ ਕੀਆ ਸਰਬਾ ਕੀ ਉੱਥੇ ਬਹਿ ਜਾ ਸਰਬਾ ਕੀਆ ਪ੍ਰਭ ਕਾ ਕੀਆ ਪ੍ਰਭ ਕਾ ਕੀਆ ਕੀਆ ਪ੍ਰਭ ਕਾ ਕੀਆ ਜਨਮੇਠ ਲਗਾਨਾ ਪ੍ਰਭ ਕਾ ਕੀਆ ਪ੍ਰਭ ਕਾ ਕੀਆ ਜਨਮੇਠ ਲਗਾਨਾ ਪ੍ਰਭ ਕਾ ਕੀਆ ਪ੍ਰਭ ਕਾ ਜਨ ਮੀਠ ਲਗਾਣਾ ਪ੍ਰਭ ਕਾ ਕੀਆ ਪ੍ਰਭ ਕਾ ਕੀਆ ਰੱਬ ਦਾ ਕੀਤਾ ਆ ਰੱਬ ਦੇ ਸੇਵਕ ਨੂੰ ਚੰਗਾ ਲੱਗਦਾ ਜੀ ਮਿੱਠਾ ਲੱਗਦਾ ਮਾਤਾ ਜੀ ਦੀ ਅਵਸਥਾ ਪ੍ਰਭ ਕਾ ਕੀਆ ਜਨ ਮੀਠ ਲਗਾਣਾ ਜੈਸਾ ਸਾ ਤੈਸਾ ਦ੍ਰਿਸ਼ਟਾਣਾ ਫੇਰ ਜਿਸ ਤੇ ਉਪਜੇ ਦੇ ਸਮਾਹੇ ਸਮਾਏ ਜੈਸ ਰੱਬ ਤੋਂ ਆਹ ਉਹ ਭਾਈ ਕੈਮਰੇ ਵਾਲੇ ਇੰਜ ਨਹੀਂ ਕਰੀਦਾ ਫੋਨ ਬੰਦ ਕਰ ਜੈਸ ਰੱਬ ਤੋਂ ਉਪਦੇ ਹੋਈਏ ਫਿਰ ਉਸ ਰੱਬ ਤੇ ਸਮਾਜ ਆਈਦਾ ਜੀ ਉਹਦੀ ਆਗਿਆ ਨੂੰ ਮਿੱਠਾ ਮੰਨ ਕੇ ਉਹਦੇ ਹੁਕਮ ਨੂੰ ਮਿੱਠਾ ਮੰਨ ਕੇ ਜੀ ਪ੍ਰਭ ਕਾ ਕੀਆ ਪ੍ਰਭ ਕਾ ਕੀਆ ਪ੍ਰਭ ਕਾ ਕੀਆ ਪ੍ਰਭ ਕਾ ਕੀਆ ਜਨਮੀਠ ਲਗਾਣਾ ਪ੍ਰਭ ਕਾ ਕੀਆ ਪ੍ਰਭ ਕਾ ਕੀਆ ਜਨਮੀਠ ਲਗਾਣਾ ਪ੍ਰਭ ਕਾ ਕੀਆ ਪ੍ਰਭ ਕਾ ਕੀਆ ਜਨਮੀਠ ਲਗਾਣਾ ਪ੍ਰਭ ਕਾ ਕੀਆ ਪ੍ਰਭ ਕਾ ਕੀਆ ਪ੍ਰਭ ਕਾ ਕੀਆ ਜਨਮੀਠ ਲਗਾਣਾ ਜੈਸਾ ਸਾਤੈ ਸਾਧ ਤ੍ਰਿਸ਼ਟਾਨਾ ਜਿਸ ਤੇ ਉਪਜੇ ਤਿਸਮਾਹ ਸਮਾਏ ਓਏ ਸੁਖ ਨਿਧਾਨ ਉਨਹੋ ਬਨਾਇ ਮਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਮਾਗੀ ਜੀ ਹਾਂਜੀ ਜੋ ਅਵਸਥਾ ਵਧੀ ਹੋਗੀ ਜੀ ਸੱਚੇ ਪਾਤਸ਼ਾਹ ਕਿਰਪਾ ਜਿਨ ਪ੍ਰਭ ਜਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਣ ਆਪੇ ਮੇਲ ਲੈ ਕਿਰਪਾ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨ ਕੀ ਸੇਵਾ ਸੋਈ ਲੱਗ ਹੈ ਜਿਸ ਨੂੰ ਕਿਰਪਾ ਕਰ ਹੈ ਵਡਟ ਪਾ ਗਏ ਨਾਮ ਜਪਤ ਪਾਵਹਿ ਬਿਸ ਰਾਮ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਉਤਮ ਕਰਮਾਨ ਗੱਦ ਕੇ ਆਖੋ ਵਾਹਿਗੁਰੂ ਵਾਹਿਗੁਰੂ ਇਸ ਕਰਕੇ ਸੱਚੇ ਪਾਤਸ਼ਾਹ ਮਿਹਰ ਕਰਨੇ ਕਿਰਪਾ ਕਰਨ ਬਖਸ਼ਿਸ਼ ਕਰਨ ਮਹਤਾ ਜੀ ਨੇ ਰੱਬ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ ਜੀ ਮਾਤਾ ਜੀ ਦੀ ਅਵਸਥਾ ਵਧੀ ਹੈ ਜੀ प्रभ किया प्रभ किया का किया जन मीठ लगाना प्रभ किया <coughs> लगा का किया ਜਨਮੇਠ ਲਗਾਣਾ ਪ੍ਰਭ ਕਾ ਕੀਆ ਪ੍ਰਭ ਕਾ ਕੀ ਪ੍ਰਭ ਕਾ ਕੀਆ ਪ੍ਰਭ ਕਾ ਜਨਮੇਠ ਲਗਾਣਾ ਪ੍ਰਭ ਕਾ ਕੀਆ ਸੱਚੇ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ ਬਖਸ਼ਿਸ਼ ਕਰਨ ਧਨ ਤਨ ਮਾਤਾ ਜੀ ਮਾਤਾ ਭਾਗਪਰੀ ਦੀ ਆਪਣਾ ਜੀਵਨ ਸਫਲਾ ਕਰ ਗਏ ਮਹਾਰਾਜ ਸਾਨੂੰ ਬਲ ਬਖਸ਼ਣ ਸਾਡੇ ਅੰਦਰ ਸ਼ਰਧਾ ਬਖਸ਼ਣ ਪ੍ਰੇਮ ਬਖਸ਼ਣ ਆਪੇ ਲਾਇਓ ਆਪਣਾ ਪਿਆਰ ਹਾਂਜੀ ਗੁਰੂ ਦੀ ਆਪ ਹੀ ਆਪਣਾ ਪਿਆਰ ਲਾਉਂਦੇ ਆ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਮਿਹਰਾਂ ਕਰਨ ਦਇਆ ਕਰਨ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਗੱਜੂ ਕੇ ਸਾਰੀ ਸੰਗਤ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਦੀ ਆਪ ਜੀ ਦੇ ਚਰਣਾ ਵਿੱਚ ਬੇਨਤੀ ਹੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ